ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਹਲੂਵਾਲੀਆ। ਦੋਸਤੋ, ਨਮ ਅੱਖਾਂ ਦੇ ਨਾਲ ਕਹਿਣਾ ਪੈਂਦਾ ਕਿ ਇੱਕ ਪਾਸੇ ਅਸੀਂ ਅੱਜ ਅਮੈਰੀਕਾ ਦਾ ਇੰਡੀਪੈਂਡੈਂਸ ਡੇ ਮਨਾ ਰਹੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦਾ ਵੀ ਇੰਡੀਪੈਂਡੈਂਸ ਡੇ ਆਏਗਾ 15 ਅਗਸਤ ਨੂੰ। ਲੇਕਿਨ ਦੂਜੇ ਪਾਸੇ ਜੇਕਰ ਅਸੀਂ ਅਮੈਰੀਕਾ ਦੀ ਗੱਲ ਕਰੀਏ, ਆਲ ਓਵਰ ਵਰਲਡ ਦੇ ਵਿੱਚ ਵੱਸਦੇ ਸਮੁੱਚੇ ਸਿੱਖ ਭਾਈਚਾਰੇ ਦੀ ਗੱਲ ਕਰੀਏ ਤਾਂ ਉਹਨਾਂ ਦੀ ਅੱਖਾਂ ਨਮ ਹਨ। ਬਹੁਤ ਠੇਸ ਪਹੁੰਚੀ ਹੈ। ਜੇਕਰ ਮੈਂ ਗੱਲ ਕਰਾਂ ਅਫਗਾਨਿਸਤਾਨ ਬੰਬ ਬਲਾਸਟ ਦੀ, ਜੋ ਕਿ ਜਲਾਲਾਬਾਦ ਵਿਖੇ ਵਾਪਰਿਆ 1 ਜੁਲਾਈ ਨੂੰ, ਉਸਨੇ ਸਮੁੱਚੇ ਸਿੱਖ ਜਗਤ ਨੂੰ ਇੱਕ ਠੇਸ ਪਹੁੰਚਾਈ ਹੈ, ਕਿਉਂਕਿ ਉਸ ਦੇ ਵਿੱਚ 15 ਸਿੰਘ ਸਾਹਿਬਾਨਾਂ ਦੀ ਮੌਤ ਹੋਈ ਹੈ। ਲੇਕਿਨ ਜੇਕਰ ਮੈਂ ਅਮੈਰੀਕਾ ਦੀ ਗੱਲ ਕਰਾਂ, ਜੇਕਰ ਮੈਂ ਨਿਊਯਾਰਕ ਦੀ ਗੱਲ ਕਰਾਂ ਤਾਂ ਇੱਥੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਲੌਂਗ ਆਈਲੈਂਡ ਹਿਕਸਵਿਲ ਵਿਖੇ ਅੱਜ ਅੰਤਿਮ ਅਰਦਾਸ ਅਤੇ ਅਖੰਡ ਸਾਹਿਬ ਪਾਠ ਅੱਜ ਕੀਤਾ ਗਿਆ, ਉਹਦੇ ਭੋਗ ਪਾਏ ਗਏ। ਉਹਨਾਂ ਨੂੰ ਯਾਦ ਕਰਕੇ, ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਕੇ ਅੱਜ ਇੱਥੇ ਮੌਜੂਦ ਤੁਸੀਂ ਵੇਖ ਸਕਦੇ ਹੋ ਗੁਰਦੁਆਰੇ ਦੇ ਜਿਹੜੇ ਪ੍ਰਬੰਧਕ ਨੇ, ਐਗਜ਼ੈਕਟਿਵ ਮੈਂਬਰਸ ਨੇ ਇਸ ਟਾਈਮ ਮੌਜੂਦ ਨੇ ਔਰ ਉਹ ਯਾਦ ਕਰ ਰਹੇ ਨੇ ਉਹਨਾਂ ਦੀ ਕੁਰਬਾਨੀ, ਉਹ ਯਾਦ ਕਰ ਰਹੇ ਨੇ ਉਹਨਾਂ ਦੀ ਸ਼ਹਾਦਤ, ਉਹ ਯਾਦ ਕਰ ਰਹੇ ਨੇ ਜੋ ਸਿੱਖ ਕੌਮ ਦੇ ਲਈ ਉਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ। ਅੱਜ ਸ਼ੌਕ ਦੀ ਲਹਿਰ ਹੈ ਸਮੁੱਚੇ ਸਿੱਖ ਜਗਤ ਦੇ ਵਿੱਚ, ਅੱਜ ਸ਼ੌਕ ਦੀ ਲਹਿਰ ਹੈ ਹਰ ਉਸ ਸਿੱਖ ਦੇ ਵਿੱਚ ਜੋ ਕਿ ਕਹਿੰਦਾ ਹੈ ਕਿ ਸਿੱਖ ਕੌਮ ਦੇ ਲਈ ਅਸੀਂ ਜਿੱਥੇ ਵੀ ਹੋਵਾਂਗੇ ਉੱਥੇ ਕੇਸਰੀ ਝੰਡੇ ਨੂੰ ਬੁਲੰਦ ਕਰਾਂਗੇ। ਅਤੇ ਮੈਂ ਬੈਠੇ ਹੋਏ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਅਮੈਰੀਕਾ ਦੇ ਵਿੱਚ ਵੀ ਉਹਨਾਂ ਦੀ ਸ਼ਹਾਦਤ ਨੂੰ, ਉਹਨਾਂ ਦੇ ਜਜ਼ਬਾਤ ਨੂੰ ਰੱਖ ਕੇ ਅੱਜ ਤੁਸੀਂ ਸੰਗਤ ਤੱਕ ਪਹੁੰਚਾ ਰਹੇ ਹੋ। ਇਸੀ ਗੱਲ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਇੱਥੇ ਅੱਜ ਐਂਬੈਸਡਰ ਵੀ ਆਏ ਨੇ ਅਫਗਾਨਿਸਤਾਨ ਤੋਂ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਆਪਣੀ ਸ਼ਰਧਾਂਜਲੀ ਭੇਟ ਕੀਤੀ ਹੈ ਉਹਨਾਂ ਸਿੰਘਾਂ ਨੂੰ, ਉਹਨਾਂ ਗੁਰੂਆਂ ਦੇ ਸਿੰਘਾਂ ਨੂੰ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਆਪਣੀ ਸ਼ਹਾਦਤ ਦਿੱਤੀ। ਕਿਉਂਕਿ ਮੈਂ ਇਸ ਸ਼ਹਾਦਤ ਮੰਨਦਾ, ਕਿਉਂਕਿ ਇਹਨੂੰ ਟਾਰਗੇਟ ਕਿਲਿੰਗ ਕੀਤਾ ਗਿਆ, ਕਿਉਂਕਿ ਸਿਰਫ ਹਿੰਦੂ ਭਾਈਚਾਰੇ ਦੇ ਲੋਕ ਔਰ ਸਿੱਖ ਭਾਈਚਾਰੇ ਦੇ ਜਿਹੜੇ ਲੋਕ ਸੀਗੇ ਉਹ ਇਸ ਬੰਬ ਬਲਾਸਟ ਦੇ ਵਿੱਚ ਮੌਜੂਦ ਸੀਗੇ। ਲੇਕਿਨ ਜੇਕਰ ਸਪੋਰਟ ਮਿਲਦੀ ਹੈ ਕਿੱਥੋਂ ਨਾ ਕਿੱਥੇ ਤਾਂ ਸਾਨੂੰ ਅੱਛਾ ਲੱਗਦਾ, ਅਤੇ ਜਨਰਲ ਕੌਂਸਲੇਟ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਜੋ ਕਿ ਇੱਥੇ ਪਹੁੰਚੇ ਨੇ ਔਰ ਆਪਣੀ ਟ੍ਰਿਬਿਊਟ ਜਿਹੜੀ ਹੈ ਉਹ ਪੇਸ਼ ਕਰ ਰਹੇ ਨੇ। ਸਰ, ਵੀ ਵੈਲਕਮ ਯੂ ਇਨ ਸਿੱਖ ਟੈਂਪਲ ਐਂਡ ਯੂ ਆਰ ਪੇਇੰਗ ਯੂਰ ਟ੍ਰਿਬਿਊਟ ਫੋਰ ਦੋਜ਼ ਹੂ ਗੋ ਡਾਈਟ, ਦੇ ਆਰ ਸਿੱਖ, ਦੇ ਆਰ ਹਿੰਦੂ ਇਨ ਅਫਗਾਨਿਸਤਾਨ। ਇਮਰੋਜ਼ ਹੀ ਜੋ ਆਮਦੇ ਬਖਾਤਰ ਗਮ ਸ਼ਰੀਕੀ ਬਵਤਨਦਾਰਾਏ ਸਿੱਖ ਵ ਹਿੰਦੂ ਇਮਾ ਕਿ ਦਰ ਵਾਕੇ ਹਾਦਸੇ ਜਲਾਲਾਬਾਦ ਯਾ ਕੁਸ਼ਤਾ ਸ਼ੁਦਨ و دشمنای مردم افغانستان، دشمنای انسانیت، کسایی که از فرهنگ انسان و انسانیت دور هستند، دست به ای عمل فجیع زدن در افغانستان. ای عمل تروریستی از اینا را با شدیدترین الفاظ تقبیح میکنه. شعار همبستگی و وحدت، انشاءالله یک روز افغانستان پر از صلح ਮਹਿਰ ਵਾ ਮੁਹੱਬਤ ਖਾਇਮ ਦਸ਼ਤ। ਕੌਂਸਲਰ ਜਨਰਲ ਕੀ ਕਹਿਣਾ ਚਾਹੁੰਦੇ ਨੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ, ਆ ਕੇ ਉਹਨਾਂ ਨੇ ਵੀ ਅਖਨਮਾ ਦੇ ਨਾਲ ਆਪਣੀ ਗੱਲ ਕਹੀ, ਕੀ ਕੁਛ ਕਹਿਣਾ ਚਾਹੁੰਦੇ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੋਂ ਦੀ ਅਫਗਾਨਿਸਤਾਨ ਦੀ ਸੰਗਤ ਜਿਹੜੀ ਹੈ, ਸਭ ਤੋਂ ਪਹਿਲਾਂ ਆਪਣੀ ਹਕੂਮਤ ਦੀ ਜਿਹੜੀ ਸਾਡੇ ਨਾਲ ਮਿਲ ਜੁਲ ਕੇ ਦੁੱਖ ਸੁੱਖਾਂ ਦੇ ਸਾਥੀ ਬਣ ਗਏ ਔਰ ਸਾਨੂੰ ਭਰੋਸਾ ਦੇਂਦੀਏ, ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਇਸ ਤੋਂ ਪਹਿਲੇ ਹਜ਼ਾਰਾਂ ਇਹ ਵਾਕਏ ਹੋਏ ਨੇ ਕਿ ਇਹ ਅਫਗਾਨੀ ਆਪ ਘੱਟ ਨੇ ਔਰ ਇਹ ਬਾਹਰ ਦੇ ਜਿਹੜੇ ਭੇਜੇ ਹੋਏ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਅਫਗਾਨਿਸਤਾਨ ਦੇ ਵਿਚਕਾਰ ਫੁੱਟ ਪਵੇ ਔਰ ਇੱਕ ਕੌਮ ਦੂਸਰੀ ਕੌਮ ਨਾਲ ਲੜੇ ਔਰ ਉਸ ਵਿੱਚੋਂ ਫਾਇਦਾ ਉਠਾਵੇ, ਇਹ ਉਹ ਲੋਕ ਹਨ। ਉਮੀਦ ਹੈ ਕਿ ਅਸੀਂ ਇਹੋ ਜਿਹੇ ਵਾਕਿਆਤ ਜਿਹੜੇ ਆਏ ਨੇ ਅੱਗੇ ਵੀ ਹੋ ਸਕਦਾ ਕਈ ਵਾਰ ਆ ਜਾਣ, ਰੱਬ ਬਚਾਇਆ ਰੱਖੇ, ਬਟ ਇਹ ਹੈ ਕਿ ਅਸੀਂ ਉਸਦੇ ਨਾਲ ਡਟ ਕੇ ਸਾਹਮਣਾ ਕਰਾਂਗੇ ਔਰ ਸਾਨੂੰ ਗੌਰਮੈਂਟ ਵੱਲੋਂ ਇਹ ਇਤਮੀਨਾਨ ਮਿਲਿਆ ਕਿ ਅਸੀਂ ਇਸਦੀ ਪੂਰੀ ਤਹਿਕੀਕਾਤ ਕਰਕੇ ਔਰ ਜਿਹੜੇ ਮੁਜਰਿਮ ਨੇ ਉਹਨਾਂ ਨੂੰ ਸਾਹਮਣੇ ਲਿਆ ਕੇ ਸਜ਼ਾਵਾਂ ਦੇਵਾਂਗੇ। امروز هم بسیار خوشحال هستم و هم جگرخون. Today I am very happy and same time very sad. خوشحال چرا هستم؟ به خاطر که در جمع از افغانا خواهرا و برادرها خودم میبینم و اولین بار است که در یه تشریف آورده. وقتی که میبینم همه افغانهای ما جمع میشه نیجه
به خاطر انجام مراسم عبادت به خاطر دید و دید یک دیگر این جای بسیار خوشی و افتخار است جناب صاحب نے دسیا کہ اج میں ایتھے جو آیا ہاں مینوں ہم خوشی ہے تے ہم غم ہے خوشی اس کر کے ہے کہ اج سارے بھائی بھراواں نوں بڑے سالاں بعد میں اس گرو گھر وچ جو افغان سکھ سنگتاں والوں جو اکٹھ کر کے آپ سا اج جو پروگرام کیتا گیا ہے مینوں بڑی خوشی ہے کہ اج سارے نوں میں موقع ملیا کہ میں سب نوں نزدیک کو دیکھ سکاں اٹ از ویری بیڈ نیوز ناٹ جسٹ فار می فار اینی ون Not here in the United States, in Afghanistan too. When we heard what happened, all of the people, men, women, young, young, students, shopkeepers, employees, government, parliament, all of them so sad. Lekin gham kis karke hai? ਗਮ ਇਸ ਕਰਕੇ ਹੈ ਕਿ ਜੋ ਹਾਦਸਾ ਜਲਾਲਾਬਾਦ ਸ਼ਹਿਰ ਵਿੱਚ ਹੋਇਆ ਜੋ ਸਾਡੇ ਸਿੱਖ ਅਤੇ ਹਿੰਦੂ ਭਰਾ ਉੱਥੇ ਟੈਰੋਰਿਸਟਾਂ ਦੇ ਨਾਲ ਉਹਨਾਂ ਦੇ ਆਤਮਘਾਤੀ ਨਾਲ ਜੋ ਹਮਲੇ ਨਾਲ ਜੋ ਸ਼ਹੀਦ ਹੋਇਆ ਹਨ ਉਸ ਕਰਕੇ ਸਾਨੂੰ ਬਹੁਤ ਹੀ ਅਫਸੋਸ ਅਤੇ ਬਹੁਤ ਗਮ ਹੋਇਆ ਉਹ ਲੋਕ ਸਨ ਜੋ ਕਿ ਉਹਨਾਂ ਵਿੱਚ ਡਾਕਟਰ ਵੀ ਸਨ ਉਹਨਾਂ ਵਿੱਚ ਫਿਲਾਸਫਰ ਵੀ ਸਨ ਉਹਨਾਂ ਵਿੱਚ ਮਜ਼ਦੂਰ ਵੀ ਸਨ ਉਹ ਅਫਗਾਨਿਸਤਾਨ ਦੀ ਉੱਨਤੀ ਵਾਸਤੇ ਬੜੇ ਕੁਛ ਸਨ ਦਰਆਖਰ ਮੈਂ ਖਾਇਮ ਬਗੋਇਮ ਕਿ ਖੁਦਾਵੰਦ بازمانده های ما را که اکساشن دریجه است و کسایش که اکساشن دریجه نیست وارا ببخشه وارا مغفور و مرحوم بگردانه همدلی و غمشریکی ما امرای شما هست پیامی که جناب دوست ما گفتن که باید به خاطر مسائل امنیت دوستان هندو و سکه ما با تدابیر در نظر گرفته شوه پیام شما را ما به سلامت و به امانت انشاءالله به گوش مقامات خواهد رساندیم و جنرال کنسولی جمهوری اسلامی افغانستان در نیویورک در خدمت شما خواهد است همیشه بوده و است و داینده هم خواهد بود افتخار میکنم که خود از جمع شما میبینم هر وقت خدمتی بود همکارا و ما تمام دفتر در خدمت شما بودیم ما از همکاری شما اظهار سپاس و تشکری میکنم امیدوار هستم که بار دیگر ببینیم اینطور حادثه علمناک نباشه و یک روز افغانستان صلح حاکم باشه و ما و شما خوش و خوشحال و با عزت با هم زندگی بکنیم همه شما را ما به خدای پاک می سپارم بسیار خوش شدم از دیدن شما بازم به کسایی که کشته شدن باز اونا مغفورت و مرحمت از دربار خدا استدعا دارم و خداوند دیگه این حادثه علمناک در افغانستان تکرار نکنه به خیر و موفق و سلامت باشید شما جناب محترم نے دسیا کہ میں یہ جڑے شہید ہوئے نے میں انہاں دی آتماں واسطے اکال پرکھا کی ارداس کروں گا انہاں دی آتماں نوں اپنے چرنے وچ نواس بخشے پیچھے سارے پروار تے جو ایتھے بھی پروار نے انہاں دے سارے نوں پانا منن دی سمرتھا دے وے جس طرح کہ کہندے نے بلبیر سنگھ نے دسیا سی پیشنہاد کیتی سی کہ اوتھے جڑے لوک رہندے نے انہاں دی امنیت پکڑی جاوے انہاں دی مدد کیتی جاوے سو کہندے اے دس دے نے کہ میں اشرف غنی انہاں نوں جا اتھوں دی دولت واسطے میں ਤੁਹਾਡਾ ਇਹ ਸੰਦੇਸ਼ ਪਹੁੰਚਾਵਾਂਗਾ ਕਿ ਜਿੰਨੀ ਵੀ ਮਦਦ ਹੋ ਸਕਦੀ ਹੈ ਜੋ ਵੀ ਅਮਨੀਅਤ ਪਕੜ ਸਕਦੇ ਨੇ ਉਹ ਪਕੜਨਗੇ ਉਹ ਸਾਰਿਆਂ ਦੇ ਵੱਲੋਂ ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਲੇਕਿਨ ਮੈਂ ਉਹ ਸਮਾਂ ਦੇਖਾਂਗਾ ਕਦੀ ਹੋਰ ਆਵਾਂਗਾ ਜੋ ਇਹੋ ਜਿਹੇ ਗਮਨਾ ਸਮਾਂ ਹੋਵੇ ਖੁਸ਼ੀ ਦਾ ਸਮਾਂ ਹੋਵੇ ਅਤੇ ਮੈਂ ਤੁਹਾਡੇ ਨਾਲ ਟਾਈਮ ਗੁਜ਼ਾਰਾਂ ਇਸ ਵਕਤ ਆਪ ਜੀ ਤੋਂ ਮਾਫੀ ਦੇ ਜਾ ਚੁੱਕ ਨੇ ਜਾ ਰਹੇ ਨੇ ਆਪ ਤੋਂ ਮਾਫੀ ਮੰਗਣੇ ਦੇ ਸੋ ਮੈਂ ਇਹਨਾਂ ਦੀ ਜੋ ਕੋਸ਼ਿਸ਼ ਇਹੀ ਹੋਈ ਕਿ ਜਿਸ ਤਰ੍ਹਾਂ ਟਰਾਂਸਲੇਟ ਜੋ ਕਹਿ ਰਹੇ ਨੇ ਉਸੇ ਦੇ ਅੱਗੇ ਪਿੱਛੇ ਮੇਰੇ ਕੋਲ ਗਲਤੀ ਹੋ ਗਈ ਹੋਵੇ ਮੈਂ ਮਾਫੀ ਦੇ ਜਾ ਚੁੱਕਾਂ ਤਸ਼ਕਰ ਅਸਾਮ ਸ਼ਮਾ ਥੈਂਕ ਯੂ ਸੋ ਮਚ ਫਾਰ ਐਵਰੀਬਾਡੀ ਥੈਂਕ ਯੂ ਅਸ਼ਮਾ ਦਿਸ਼ਾ ਸੋ ਇਹ ਸਨ ਕੌਂਸਲ ਅਫਗਾਨਿਸਤਾਨ ਦੇ ਕੌਂਸਲ ਜਨਰਲ ਜਿਨ੍ਹਾਂ ਨੇ ਕਿ ਆਪ ਦੇ ਸਾਹਮਣੇ ਆਪਣੇ ਵਿਚਾਰ ਅਤੇ ਅਫਗਾਨਿਸਤਾਨ ਦੀ ਸਰਕਾਰ ਦੇ ਵਿਚਾਰ ਰੱਖੇ ਅਤੇ ਨਾਲ ਹੀ ਇਹ ਦੱਸਿਆ ਕਿ ਜਦੋਂ ਵੀ ਇਸ ਅੰਬੈਸੀ ਵਿੱਚ ਕਿਸੇ ਤਰ੍ਹਾਂ ਵੀ ਜ਼ਰੂਰਤ ਹੋਵੇ ਲੋੜ ਹੋਵੇ ਮੈਂ ਤੁਹਾਡੇ ਨਾਲ ਹਮੇਸ਼ਾ ਹਮਕਾਰੀ ਕਰਾਂਗਾ ਮੈਂ ਇਹਨਾਂ ਦਾ ਦੁਬਾਰਾ ਧੰਨਵਾਦ ਕਰਦਾ ਹਾਂ ਔਰ ਇਸ ਵਕਤ ਇਹਨਾਂ ਨੂੰ ਅਸੀਂ ਇੱਥੇ ਵਿਦਾਇਗੀ ਦੇ ਰਹੇ ਹਾਂ ਕਿਉਂਕਿ ਉਹ ਜਾ ਰਹੇ ਨੇ ਇੱਕ ਹੋਰ ਦੇ ਦਿਓ ਗੱਲ ਸੁਣੋ ਉਹ ਦੂਸਰੇ ਦੋਸਤ ਦੂਜਾ ਇੱਕ ਹੋਰ ਜਿਹੜੇ ਇਹਨਾਂ ਦੇ ਸਾਥੀ ਸਨ ਉਹ ਪਵਾ ਦਿਓ
ਉਹ ਇਹਨਾਂ ਦੇ ਜੋ ਸਾਥੀ ਕੌਂਸਲਗਰੀ ਤੋਂ ਆਏ ਸਨ ਉਹਨਾਂ ਨੇ ਕਿਸੇ ਵਜ੍ਹਾ ਕਰਕੇ ਕਿਉਂਕਿ ਜਾਣਾ ਸੀ ਉਹ ਚਲੇ ਗਏ ਨੇ ਸੋ ਉਹਨਾਂ ਦਾ ਸਿਰੋ ਪਾਉ ਜੋ ਹੈ ਉਹ ਦੇ ਆ ਗਏ ਨੇ ਆ ਜਾ ਬਹੁਤ ਫਰਮਾਇਸ਼ਾ ਵੀ ਜਬ ਅਬਦੁਲ ਸਲਾਮ ਮੁਰਾਦ ਤਸ਼ਕਰ ਸ਼ੁਮਾ ਲਓ ਜੀ ਬੋਲੇ ਸੋਨੇਹਾ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਹੁਣ ਚੱਲਦੇ ਹਾਂ ਸੰਗਤ ਦੇ ਕੋਲ ਸੰਗਤ ਇਸ ਮੁਤਲਕ ਕੀ ਕੁਛ ਕਹਿਣਾ ਚਾਹੁੰਦੀ ਹੈ ਉੱਥੇ ਮੌਜੂਦ ਸਿੱਖ ਬੁੱਧੀਜੀਵੀ ਕੀ ਕਹਿਣਾ ਚਾਹੁੰਦੇ ਨੇ ਉੱਥੇ ਮੌਜੂਦ ਜਿਹੜੇ ਸਾਡੇ ਆਏ ਹੋਏ ਇੱਥੇ ਨੁਮਾਇੰਦੇ ਨੇ ਸਿੱਖ ਨੁਮਾਇੰਦੇ ਨੇ ਉਹ ਕੀ ਕੁਛ ਕਹਿਣਾ ਚਾਹੁੰਦੇ ਨੇ ਆਓ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਵਿਚਾਰ ਕੌਂਸਲਰ ਜਨਰਲ ਤੁਹਾਡੇ ਕੋਲ ਆਏ ਨੇ ਆਪਣੀ ਟ੍ਰਿਬਿਊਟ ਜਿਹੜੀ ਆ ਉਹ ਕਰ ਰਹੇ ਨੇ ਮੈਂ ਜਾਣਨਾ ਚਾਹਾਂਗਾ ਕਿ ਇੱਕ ਵਲੰਟੀਅਰ ਸਾਨੂੰ ਜ਼ਰੂਰ ਆਏ ਗੁਲਾਟੀ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਅਸੀਂ ਵਿਚਾਰ ਵਟਾਂਦਰਾ ਕਈ ਵਾਰ ਚੈਨਲ ਦੇ ਉੱਤੇ ਕਰ ਚੁੱਕੇ ਹਾਂ ਵਿਚਾਰ ਵਟਾਂਦਰਾ ਕਰਦੇ ਕਰਦੇ ਅਸੀਂ ਯਾਦ ਕੀਤਾ ਸੀਗਾ ਅਫਗਾਨਿਸਤਾਨ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਲੋਕਾਂ ਲਈ 1 ਜੁਲਾਈ ਉਹ ਦਿਨ ਇੱਕਦਮ ਆਇਆ ਔਰ ਬਲਾਸਟ ਹੋਇਆ ਔਰ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਸਾਡਾ ਮਾਣ ਹੋਣਾ ਸੀਗਾ ਸਾਡਾ ਸਰ ਉੱਚਾ ਹੋਣਾ ਸੀਗਾ ਜਦ ਉਹ ਖਾਲਸਾ ਸਾਹਿਬ ਨੇ ਅਫਗਾਨ ਦੀ ਸੰਸਦ ਦੇ ਵਿੱਚ ਪਹੁੰਚਣਾ ਸੀਗਾ ਲੇਕਿਨ ਉਸ ਤੋਂ ਪਹਿਲਾਂ ਉਹ ਅੱਜ ਨਹੀਂ ਰਹੇ ਮੈਂ ਤਾਂ ਹੁਣ ਵੀ ਇਹੀ ਕਹਾਂਗਾ ਕਿ ਅੱਜ ਤੋਂ 500 ਸਾਲ ਤੋਂ ਜਦੋਂ ਵੀ ਉੱਥੇ ਸਿੱਖ ਸਮੁਦਾਇ ਵੱਸਦਾ ਹੈ ਉੱਥੇ ਸਿਰਫ ਇਹ ਪਿਆਰ ਸਾਡੇ ਜਿਹੜੇ ਭਰਾ ਮੁਸਲਮਾਨ ਨੇ 500 ਸਾਲਾਂ ਤੋਂ ਅੱਜ ਤੱਕ ਉੱਥੇ ਰਿਹਾ ਔਰ ਰਹੇਗਾ ਜੋ ਲੋਕ ਅਮਰੀਕਾ ਆ ਕੇ ਵੱਸ ਗਏ ਨੇ ਕੈਨੇਡਾ ਜਾ ਕੇ ਵੱਸ ਗਏ ਨੇ ਲੰਡਨ ਜਾ ਕੇ ਵੱਸ ਗਏ ਨੇ ਇਹ ਉੱਥੇ ਜਿਹੜੇ ਦੁਸ਼ਮਣ ਅਨਸਰ ਨੇ ਉਹਨਾਂ ਕਰਕੇ ਹੋਏ ਨੇ ਕਿ ਆਪਣੀ ਜੋ ਜ਼ਿੰਦਗੀ ਹੈ ਉੱਥੇ ਠੀਕ ਨਹੀਂ ਸਮਝ ਸਕੇ ਨੇ ਅਤੇ ਉਹਨਾਂ ਨੂੰ ਮਜਬੂਰਨ ਹੋਇਆ ਇਹ ਨਹੀਂ ਕਿ ਸਿਰਫ ਉੱਥੋਂ ਦੇ ਸਿੱਖ ਭਾਈਚਾਰਾ ਹਿੰਦੂ ਭਾਈਚਾਰਾ ਬਲਕਿ ਜਿਹੜੇ ਮੁਸਲਮਾਨ ਭਾਈਚਾਰੇ ਸਾਡੇ ਵੀ ਆਏ ਨੇ ਉਹ ਵੀ ਕਾਬਲ ਛੱਡ ਕੇ ਕਈ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਜਾ ਕੇ ਵੱਸੇ ਨੇ ਪਤਾ ਨਹੀਂ ਚੱਲਦਾ ਕਿੱਥੋਂ ਆ ਰਹੇ ਨੇ ਹੈ ਤਾਂ ਬਾਹਰ ਦੀ ਕਿਸੇ ਕੰਟਰੀ 'ਚ ਤੋਂ ਹੋਣੇ ਨੇ ਜਿੱਥੋਂ ਕਿ ਇਹ ਕੰਮ ਹੋ ਰਿਹਾ ਕਿ ਉਹ ਨਹੀਂ ਚਾਹੁੰਦੇ ਕਿ ਇਹਨਾਂ ਦਾ ਪਿਆਰ ਜੋ ਹੈ ਘੱਟ ਗਿਣਤੀਆਂ ਵਿੱਚ ਰਹੇ ਔਰ ਅਸੀਂ ਉੱਥੇ ਰਹਿ ਸਕੀਏ ਅਵਤਾਰ ਸਿੰਘ ਖਾਲਸਾ ਦੀ ਜੇਕਰ ਗੱਲ ਕਰੀਏ ਦਰਸ਼ਕੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹਨਾਂ ਨੇ ਮਾਣ ਵਧਾਉਣਾ ਸੀਗਾ ਅਫਗਾਨ ਦੀ ਸੰਸਦ ਦੇ ਵਿੱਚ ਜਾ ਕੇ ਪਹਿਲੇ ਕਈ ਧਾਕਿਆਂ ਬਾਅਦ ਸਿੱਖ ਹੋਣ ਦੇ ਪੱਗ ਪਹਿਣ ਕੇ ਪਹੁੰਚਦੇ ਔਰ ਘੱਟ ਗਿਣਤੀਆਂ ਦੀ ਨੁਮਾਇੰਦਗੀ ਕਰਦੇ ਲੇਕਿਨ ਹੁਣ ਮੈਨੂੰ ਬੜੇ ਹੀ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਮੇਰੇ ਨਾਲ ਹੋਰ ਵੀ ਪ੍ਰਬੰਧਕ ਮੌਜੂਦ ਨੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਉਹ ਇਸ ਮੁਤਲਕ ਕੀ ਕੁਛ ਵਿਚਾਰ ਸਾਂਝਾ ਕਰਨੇ ਚਾਹੁੰਦੇ ਨੇ ਹਾਂ ਸਾਡਾ ਬੜਾ ਦੁੱਖ ਹੋਇਆ ਵੈਸੇ ਸਾਨੂੰ ਜਿਹੜੇ ਕਿ ਟਾਰਗੇਟ ਹੋਏ ਸਾਡੇ ਜਿੰਨੇ ਜਲਵਾਂ ਦੇ ਲੋਕ ਗਏ ਬੜੀ ਬੜੀ ਦਿਲ ਸਾਡਾ ਅੰਦਰੋਂ ਅੰਦਰੋਂ ਸੜ ਰਿਹਾ ਕਿਉਂਕਿ ਕੋਈ ਛੋਟੇ ਲੋਕ ਨਾ ਆਏ ਸਾਰੇ ਲੀਡਰ ਆਏ ਇਸ ਲੀਡਰ ਦੇ ਵਿੱਚ ਉਹ ਸਾਰੇ ਅਫਗਾਨਿਸਤਾਨ ਨੂੰ ਸਾਰੀ ਸਮੁੱਚ ਨੂੰ ਸਾਰੀ ਸੰਸਾਰ ਜਿਸ ਤਰ੍ਹਾਂ ਕਿ ਅਫਗਾਨਿਸਤਾਨ ਦੇ ਵਿੱਚ ਜਿੰਨੇ ਆਏ ਉਹਨਾਂ ਦੀ ਹੈਲਪ ਕਰਨਾ ਗੁਰਦੁਆਰਿਆਂ ਦੀ ਹੈਲਪ ਕਰਨਾ ਮੰਦਰਾਂ ਦੀ ਹੈਲਪ ਕਰਨਾ ਇਸ ਤਰ੍ਹਾਂ ਦਾ ਫਰਜ਼ ਆਇਆ ਇਹਨਾਂ ਨੇ ਕਸਮ ਚੁੱਕੀ ਕਿ ਭਾਵੇਂ ਸਾਰੀ ਦੁਨੀਆ ਚਲੀ ਜਾਵੇ ਬਾਹਰ ਅਸੀਂ ਨਹੀਂ ਜਾਣਿਆ ਔਰ ਸਾਨੂੰ ਇਹ ਵੀ ਉਮੀਦ ਸੀ ਕਿ ਇਹ ਸਾਨੂੰ ਮੁੜ ਕੇ ਅਫਗਾਨਿਸਤਾਨ ਨੂੰ ਅਸਾਂ ਜ਼ਿੰਦਾ ਕਰਦੇ ਸਨ ਸਾਡੇ ਹਿੰਦੂਆਂ ਸਿੱਖਾਂ ਵਾਸਤੇ ਮੈਂ ਇੱਕ ਜਾਂਦੇ ਜਾਂਦੇ ਇੱਕ ਆਖਰੀ ਸਵਾਲ ਹੋਰ ਲੈ ਲਵਾਂ ਕਿ ਉਹ ਅਫਗਾਨਿਸਤਾਨ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਉਹ ਦੇਸ਼ ਔਰ ਉਹ ਸੂਬਾ ਜਲਾਲਾਬਾਦ ਜਿੱਥੇ ਘੱਟ ਗਿਣਤੀਆਂ ਦੀ ਜੇਕਰ ਗੱਲ ਕਰੀਏ ਸਿੱਖ ਭਾਈਚਾਰੇ ਦੀ ਗੱਲ ਕਰੀਏ ਤਾਂ ਪੂਰੇ ਵਰਲਡ ਦਾ ਪਹਿਲਾ ਗੁਰਦੁਆਰਾ ਸਾਹਿਬ ਜਿਹੜਾ ਉਹ ਅਫਗਾਨਿਸਤਾਨ ਦੇ ਵਿੱਚ ਉਸਾਰਿਆ ਗਿਆ ਸੀਗਾ ਧੱਕਾ 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 ਸੁਣਦੇ ਹਾਂ ਸਿੱਖਾਂ ਦਾ ਬੋਲਬਾਲਾ ਸੁਣਦੇ ਹਾਂ ਜਦ ਹੋਇਆ ਤਾਂ ਸਾਨੂੰ ਧੱਕਾ ਸਹਿਣਾ ਪੈਂਦਾ ਕਿਉਂ ਹੁੰਦਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਬਾਕੀ ਜੋ ਉੱਥੋਂ ਦੇ ਇਤਿਹਾਸਕ ਗੁਰਦੁਆਰੇ ਨੇ ਇਹ ਜਿਹੜੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇਹ ਲੋਕ ਵੀ ਬਾਹਰ ਆ ਸਕਦੇ ਸੀਗੇ ਅਮਰੀਕਾ ਆ ਸਕਦੇ ਸੀਗੇ ਹੋਰ ਕੰਟਰੀ ਜਾ ਸਕਦੇ ਸੀਗੇ ਲੇਕਿਨ ਇਹਨਾਂ ਨੇ ਪ੍ਰਣ ਕੀਤਾ ਕਿ ਬਈ ਨਹੀਂ ਅਸੀਂ ਇੱਥੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨੀ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਹੁਣੇ ਜ਼ਿਕਰ ਕੀਤਾ ਕੁਐਸਚਨ ਕੀਤਾ ਉੱਥੇ ਗੁਰੂ ਨਾਨਕ ਮਹਾਰਾਜ ਦਾ ਗੁਰਦੁਆਰਾ ਹੈ ਕਾਫੀ ਪੁਰਾਣੇ ਸਮੇਂ ਤੋਂ ਜੋ ਜਲਾਲਾਬਾਦ ਦੇ ਵਿੱਚ ਜੋ ਇੱਕ ਚਸ਼ਮਾ ਸਾਹਿਬ ਹੈ ਗੁਰੂ ਨਾਨਕ ਸਾਹਿਬ ਜਦੋਂ ਆਪਣੀ ਯਾਤਰਾ ਦੌਰਾਨ ਉੱਤੇ ਗਏ ਤਾਂ ਉਹ ਚਸ਼ਮਾ ਉੱਥੇ ਉਹਨਾਂ ਨੇ ਪਾਣੀ ਦਾ ਕੱਢਿਆ ਲੋਕਾਂ ਦੀ ਸਹੂਲਤ ਵਾਸਤੇ ਸੋ ਇਸ ਤਰ੍ਹਾਂ ਦੇ ਕਈ ਯਾਦਗਾਰ ਹੈਗੀਆਂ ਨੇ ਔਰ ਇਹ ਜਿਹੜੇ ਸਿੱਖ ਭਰਾ ਸਾਡੇ ਪਰਿਵਾਰ ਰਹਿ ਰਹੇ ਸਨ ਇਹਨਾਂ ਦਾ ਮੇਨ ਪਰਪਸ ਜਿਹੜਾ ਸੀਗਾ ਉੱਥੋਂ ਦੇ ਸਿੱਖ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨੀ
ਮੇਨ ਪਰਪਜ਼ ਇਹ ਸੀਗਾ। ਉਸ ਤੋਂ ਬਾਅਦ ਜੋ ਇਹ ਹਾਦਸਾ ਹੋਇਆ ਹੈ, ਸਾਡੀ ਮੇਨ ਸਟੀਮ ਦੇ ਜਿਹੜੇ ਮੇਨ ਸਾਡੇ ਲੀਡਰ ਸਨ ਜਾ ਚੁੱਕੇ ਨੇ। ਉਮੀਦ ਹੈ ਕਿ ਹੋਰ ਯੰਗ ਬੱਚੇ ਅੱਗੇ ਆਉਣਗੇ ਔਰ ਸਾਨੂੰ ਦੇਖਣਾ ਪਏਗਾ ਕਿ ਉਹ ਉੱਥੇ ਰਹਿਣਾ ਚਾਹੁੰਦੇ ਨੇ। ਅਸੀਂ ਜ਼ਰੂਰ ਚਾਹਵਾਂਗੇ ਗ੍ਰਹਿਮੰਦ, ਕਿਉਂਕਿ ਸਾਡੀ ਹਿਸਟਰੀ 500 ਸਾਲ ਤੋਂ ਜ਼ਿਆਦਾ ਪੁਰਾਣੀ ਹਿਸਟਰੀ ਹੈ, ਅਸੀਂ ਸਾਡੇ ਪਰਿਵਾਰ ਉੱਥੇ ਰਹਿ ਰਹੇ ਨੇ। ਸੋ ਮੈਂ ਸਮਝਦਾ ਕਿ ਜ਼ਿਆਦਾ ਲੋਕ ਉੱਥੇ ਰਹਿਣਾ ਚਾਹਣਗੇ ਔਰ ਅਸੀਂ ਪੂਰੀ ਇੱਥੋਂ ਜੋ ਵੀ ਸਪੋਰਟ ਕਰ ਸਕਦੇ ਹਾਂ ਅਸੀਂ ਉਹਨਾਂ ਦੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਹੈ ਅਤੇ ਤੁਸੀਂ ਦੁਨੀਆ ਵਿੱਚ ਵੇਖਦੇ ਹੋ ਵੀ ਜਿੱਥੇ ਕਿਤੇ ਲੋੜ ਪਏ ਲੰਗਰ ਚੱਲਦੇ ਨੇ, ਭੁੱਖਿਆਂ ਨੂੰ ਭੋਜਨ ਮਿਲਦਾ, ਨੰਗਿਆਂ ਨੂੰ ਬਸਤਰ ਦਿੰਦੇ ਨੇ, ਦੁਖੀਆਂ ਨੂੰ ਦਵਾਈ ਦਾਰੂ ਦਿੰਦੇ ਨੇ। ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੇ ਨਾਲ ਅਕਸਰ ਇਹੋ ਜਿਹੀਆਂ ਮੰਦਭਾਗੀ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਜਾਂ ਤਾਂ ਜਿਹੜੇ ਅਸੀਂ ਕੰਮ ਕਰਦੇ ਹਾਂ ਇਹ ਲੋਕ ਉਹਨਾਂ ਤੋਂ ਖੁਸ਼ ਨਹੀਂ ਅਤੇ ਤਾਂ ਇਹ ਕਰਦੇ ਨੇ, ਅਤੇ ਜਾਂ ਉਹਨਾਂ ਨੂੰ ਇਹ ਗਿਆਨ ਨਹੀਂ ਕਿ ਸਰਬੱਤ ਦਾ ਭਲਾ ਕੀ ਹੁੰਦਾ ਹੈ। ਅਫਗਾਨਿਸਤਾਨ ਦੇ ਵਿੱਚ ਜੋ ਕੁਛ ਵਾਪਰਿਆ ਇੱਕ ਵਾਰ ਦਿਲ ਨੂੰ ਵਲੁੰਦਰ ਗਿਆ। ਇੰਨੀ ਵੱਡੀ ਮੰਦਭਾਗੀ ਘਟਨਾ, ਫਿਰ ਉਹ ਬੰਦੇ ਜਿਹੜੇ ਸਰਬੱਤ ਦਾ ਭਲਾ ਕਰਨ ਵਾਲੇ, ਧਰਮ ਨੂੰ ਸਿੱਖੀ ਨੂੰ ਅੱਗੇ ਤੋਰਨ ਵਾਲੇ, ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੇ ਅਤੇ ਉੱਥੇ ਦੁਖੀਆਂ ਦੀ ਬਾਂਹ ਫੜਨ ਵਾਲੇ, ਉਹਨਾਂ ਉੱਤੇ ਜਿਹੜਾ ਇਹ ਮੰਦਭਾਗੀ ਘਟਨਾ ਵਾਪਰੀ ਹੈ ਅਤੇ ਜਿਹਦੇ ਵਿੱਚ ਪਤਵੰਤੇ ਸੱਜਣ ਜਿਹੜੇ ਮਾਰੇ ਗਏ, ਚਾਹੇ ਉਹ ਸਿੱਖ ਸਨ, ਚਾਹੇ ਹਿੰਦੂ ਸਨ, ਚਾਹੇ ਉਹ ਮੁਸਲਮਾਨ, ਕੋਈ ਵੀ ਹੋਵੇ, ਜਿਹੜਾ ਨਿਰਦੋਸ਼ ਮਰਦਾ ਉਹਦਾ ਸਾਰਿਆਂ ਨੂੰ ਦੁੱਖ ਹੁੰਦਾ ਹੈ। ਤੋ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਲਈ ਮੈਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰ ਨਿਊਯਾਰਕ ਤੋਂ ਉੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ, ਖਾਸ ਤੌਰ 'ਤੇ ਸਰਦਾਰ ਰਘਵੀਰ ਸਿੰਘ ਜੀ ਬੱਬੀ ਮੁੱਖ ਸੇਵਾਦਾਰ, ਉੱਥੋਂ ਦੀ ਸਾਰੀ ਸੰਗਤ, ਉੱਥੋਂ ਦੇ ਸਾਰੇ ਸਟਾਫ ਵੱਲੋਂ ਮੈਂ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਅਤੇ ਉਹ ਵਿਛੜੀਆਂ ਆਤਮਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ। ਸਤਿਗੁਰ ਕਿਰਪਾ ਕਰਨ ਉਹਨਾਂ ਆਤਮਾਵਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਉਹਨਾਂ ਦੇ ਬੱਚਿਆਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਮਿੱਤਰਾਂ ਦੋਸਤਾਂ ਨੂੰ। ਅਤੇ ਵੈਸੇ ਇਹ ਘਟਨਾ ਹਰ ਸਿੱਖ ਦੇ ਮਨ ਵਿੱਚ ਦੁੱਖ ਦੇ ਕੇ ਗਈ, ਹਰ ਸਿੱਖ ਨੂੰ ਇਹਦਾ ਦੁੱਖ ਹੋਇਆ ਅਤੇ ਹਰ ਸਿੱਖ ਦਾ ਮਨ ਦੁਖਿਆ ਹੈ। ਮੈਂ ਸਮਝਦਾ ਵੀ ਸਿੱਖ ਕੌਮ ਲਈ ਇਹ ਇੱਕ ਹਮਦਰਦੀ ਵਾਲਾ ਸਮਾਂ ਹੈ ਜਦੋਂ ਹਰ ਇੱਕ ਦੇ ਮਨ ਵਿੱਚ ਦੁੱਖ ਹੋ ਰਿਹਾ। ਤੋ ਸਾਰਿਆਂ ਨੂੰ ਅਸੀਂ ਅਰਦਾਸ ਕਰਦੇ ਹਾਂ, ਸਤਿਗੁਰੂ ਚੜ੍ਹਦੀਆਂ ਕਲਾ ਬਖਸ਼ਣ। ਇਹੋ ਜਿਹੇ ਸਾਕੇ ਬੜੇ ਸਿੱਖ ਕੌਮ ਨੇ ਹੰਢਾਏ ਨੇ, ਬਹੁਤ ਵਾਰ ਵਾਪਰੇ ਨੇ ਅਤੇ ਅੱਗੋਂ ਵੀ ਘੱਟ ਨਹੀਂ ਰਹਿਣੇ, ਵਾਪਰਦੇ ਹੀ ਰਹਿਣੇ ਨੇ। ਤੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਆਪਣੀ ਕੌਮ ਨੂੰ ਚੜ੍ਹਦੀਆਂ ਕਲਾ ਬਖਸ਼ਣ। ਜਿਹੜੇ ਇਹੋ ਜਿਹੇ ਮਨੁੱਖ ਹੁੰਦੇ ਨੇ ਸਦੀਆਂ ਬਾਅਦ ਪੈਦਾ ਹੁੰਦੇ ਨੇ, ਇਹ ਕੋਈ ਰੋਜ਼ ਰੋਜ਼ ਪੈਦਾ ਨਹੀਂ ਹੁੰਦੇ। ਇਹੋ ਜਿਹੜੇ ਕੌਮ ਦੀ ਸੇਵਾ ਕਰਨ ਵਾਲੇ, ਅੱਗੇ ਵਧਣ ਵਾਲੇ, ਧਰਮ ਨੂੰ ਅੱਗੇ ਲੈ ਕੇ ਜਾਣ ਵਾਲੇ, ਧਾਰਮਿਕ ਸਥਾਨਾਂ ਦੀ ਰਾਖੀ ਕਰਨ ਵਾਲੇ ਅਤੇ ਸਰਬੱਤ ਦਾ ਭਲਾ ਕਰਨ ਵਾਲੇ, ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਉਹਨਾਂ ਵਿਛੜੀਆਂ ਆਤਮਾਵਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਅਤੇ ਮੈਂ ਸਮੂਹ ਉਹਨਾਂ ਸ਼ਹੀਦਾਂ ਨੂੰ ਅਤੇ ਸ਼ਰਧਾ ਦੇ ਫੁੱਲ ਭੇਟ ਕਰਦਾ, ਉਹਨਾਂ ਦੇ ਪਰਿਵਾਰਾਂ ਨਾਲ ਅਤੇ ਮਿੱਤਰਾਂ ਦੋਸਤਾਂ ਨਾਲ ਹਮਦਰਦੀ ਪ੍ਰਗਟ ਕਰਦਾ। ਜਿੱਥੇ ਵੀ ਲੋੜ ਹੋਏਗੀ ਅਸੀਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰ ਦੀ ਸਮੂਹ ਪ੍ਰਬੰਧਕ ਕਮੇਟੀ, ਸਾਰੀਆਂ ਸੰਗਤਾਂ ਤੁਹਾਡੇ ਨਾਲ ਹੋਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਬੰਸ ਸਿੰਘ ਵੋਹਰਾ, ਅੱਜ ਜੋ ਵਾਕਿਆ ਬੜਾ ਦੁਖੀ ਵਾਲਾ, ਦੁਖੀ ਹਿਰਦੇ ਨਾਲ ਅਸੀਂ ਕਹਿੰਦੇ ਹਾਂ, ਜੋ ਜਲਾਲਾਬਾਦ ਦੇ ਵਿੱਚ ਸ਼ਹੀਦੀ ਹੋਈ ਹੈ, ਬਹੁਤ ਭਾਰਾ ਨੁਕਸਾਨ ਹੈ ਸਾਡੇ ਸਿੱਖ ਜਗਤ ਨੂੰ, ਔਰ ਅਸੀਂ ਇਸ ਦੀ ਕੰਡੈਮ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ। ਤੁਸੀਂ ਸੋਚੋ, ਮੇਰੀ 11 ਸਾਲ ਦੀ ਲੜਕੀ ਹੈ, ਠੀਕ ਹੈ, ਮੈਂ ਦਿਨ ਦੇ 3 ਵਾਰ ਉਸਨੂੰ ਦੁੱਧ ਪਿਲਾਉਣਾ, ਬੇਟੀ ਦੁੱਧ ਪੀਆ। ਤੁਸੀਂ ਸੋਚੋ ਜੀ, ਇਹ ਬੱਚਿਆਂ ਦਾ ਕੀ ਹੋਏਗਾ, ਇਹ ਛੋਟੇ ਛੋਟੇ ਬੱਚਿਆਂ ਦਾ ਕੀ ਹੋਏਗਾ। ਮੈਨੂੰ ਜ਼ਿਆਦਾ ਕੁਛ ਪਤਾ ਨਹੀਂ ਹੈ, ਗੌਰਮੈਂਟ ਯੂਨਾਈਟਿਡ ਨੇਸ਼ਨ, ਅਮੈਰੀਕਨ ਗਵਰਨਮੈਂਟ, ਇੰਡੀਅਨ, ਇਹ ਸਾਰੀ ਗੱਲਾਂ ਨੇ ਜੀ। ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਕੀ ਕਰ ਸਕਦੇ ਹੋ, ਮੈਂ ਕੀ ਕਰ ਸਕਦਾ। ਸਾਨੂੰ ਸਾਰੇ ਇਕਮੁੱਠ ਹੋ ਕੇ, ਇਹ ਸਾਰੇ ਜਿਹੜੇ 1000-2000 ਜਿਹੜਾ ਸਾਡਾ ਗਰੀਬ ਗੁਰਬਾ ਰਹਿੰਦਾ ਅਫਗਾਨਿਸਤਾਨ ਵਿੱਚ, ਕਈ ਲੋਕਾਂ ਕੋਲ ਪਾਸਪੋਰਟ ਦੇ ਪੈਸੇ ਨਹੀਂ ਹੈਗੇ, ਕਈ ਲੋਕਾਂ ਕੋਲ ਇੰਡੀਆ ਆਉਣ ਦਾ ਕੋਈ ਬੰਦੋਬਸਤ ਨਹੀਂ ਹੈ, ਖਾਣੇ ਦੇ ਪੈਸੇ ਨਹੀਂ ਹੈਗੇ,
ਲੋਕ ਗੁਰਦੁਆਰੇ ਰਹਿੰਦੇ ਨੇ ਅਤੇ ਉਹਨਾਂ ਦਾ ਕੀ ਕੀਤਾ ਜਾਏਗਾ, ਉਹਨਾਂ ਦਾ ਫਿਊਚਰ ਕੀ ਹੋਏਗਾ, ਉਹਨਾਂ ਦੀ ਸੇਫਟੀ ਕੌਣ ਕਰੇਗਾ? ਅਸਾਂ ਤੁਹਾਨੂੰ ਇਹ ਸੋਚਣਾ ਹੈ, ਬਾਕੀ ਇਹ ਨਹੀਂ ਜੇ ਨਵੀਂ ਗੱਲ ਨੌ ਦਿਨ ਹਰ ਕੋਈ ਸਾਡੇ ਘਰ ਗਿਆ, ਐਵਰੀਬਡੀ ਵਿਲ ਫੋਰਗੈਟ ਐਵਰੀਥਿੰਗ। ਮੇਰੀ ਰੋਹ ਹਿੱਲ ਗਈ ਹੈ ਜੀ, ਮੈਂ 3 ਦਿਨ ਦਾ ਨਹੀਂ ਸੁੱਤਾ। ਆਈ ਐਮ ਵੈਰੀ ਸਿੰਪਲ ਪਰਸਨ, ਮੈਂ ਕੋਈ ਵੱਡਾ ਬੰਦਾ ਨਹੀਂ, ਆਈ ਐਮ ਨਾਟ ਅ ਮੈਂਬਰ ਆਫ ਗੁਰਦੁਆਰਾ ਔਰ ਐਨੀਥਿੰਗ, ਆਈ ਐਮ ਅ ਹਿਊਮਨ ਬੀਇੰਗ। ਮੇਰੀ ਰੋਹ ਹਿੱਲ ਗਈ ਹੈ, ਮੈਂ 8 ਸਾਲ ਦਾ ਬੱਚੇ ਦਾ ਇੰਟਰਵਿਊ ਦੇਖਿਆ, ਭੈਣਾਂ ਦੇ ਭਰਾ ਗੁਜ਼ਰ ਗਏ, ਮਾਵਾਂ ਦੇ ਬੱਚੇ ਗੁਜ਼ਰ ਗਏ, ਕਈ ਕਈ ਸਰੀਰ ਦੀ ਕੋਈ ਬਾਡੀ ਨਹੀਂ ਮਿਲੀ, ਕੋਈ ਅੰਕ ਨਹੀਂ ਮਿਲਿਆ, ਬੰਦਾ ਗਿਆ ਕਿੱਥੇ? ਛੋਟੇ ਉਸ ਗੁਰਦੁਆਰੇ ਮੈਂ ਵੱਡਾ ਹੋਇਆ ਜੀ, ਜਿੱਥੇ ਅਸੀਂ ਨਿੱਕੇ ਨਿੱਕੇ ਖੇਡੇ ਸੀ ਘਰ ਦੇ ਪਰਵਾਨ, ਅੱਜ ਤੱਕ ਅਸੀਂ ਪ੍ਰਾਊਡ ਕਰਦੇ ਹਾਂ, ਐਸਾ ਗੁਰਦੁਆਰਾ ਜਹਾਨ ਇਸ ਨਹੀਂ ਹੈਗਾ, ਘਰ ਦੇ ਪਰਵਾਨ ਦਾ ਗੁਰਦੁਆਰਾ। ਮੈਂ ਉੱਥੇ ਵੱਡਾ ਹੋਇਆ ਜੀ 15-20 ਸਾਲ, ਜਿਸ ਗੁਰਦੁਆਰੇ ਅਸੀਂ ਲੰਗਰ ਖਾਂਦੇ ਸਾਂ, ਛੋਟੇ ਛੋਟੇ ਖੇਡੇ ਸਾਂ, ਉੱਥੇ ਛੋਟੇ ਛੋਟੇ ਬੱਚੇ ਅੱਜ ਰੋ ਰਹੇ ਨੇ, ਉਹਨਾਂ ਦੇ ਮਾਂ ਪਿਓ ਉਹਨਾਂ ਦੇ ਗੁਜ਼ਰ ਗਏ ਨੇ। ਮੈਂ ਤੁਹਾਡੇ ਕੋਲ ਪੁੱਲ ਚੁੱਕ ਦੀ ਸ਼ਮਾ ਮੰਗਣਾ, ਕੋਈ ਗਲਤੀ ਹੋ ਗਈ ਬੱਚਾ ਸਮਝ ਕੇ ਮਾਫ਼ ਕਰ ਦੇਣਾ। ਤੁਸੀਂ ਸਾਰੇ ਅਸੀਂ ਤੁਸੀਂ ਸਾਰੇ ਮਿਲ ਕੇ ਹੈ ਕਾਥ ਹੋਣਾ ਹੈ ਕਿ ਉਹ ਜਿਹੜੇ 1000-2000 ਜਿਹੜੇ ਲੋਕ ਕਾਬਲ ਪਰੇਸ਼ਾਨ ਜਿਹੜੇ ਰੋ ਰਹੇ ਨੇ ਜੀ, ਅਸੀਂ ਤਾਂ ਜੀ ਘਰ ਜਾਵਾਂਗੇ, ਭੁੱਲ ਜਾਵਾਂਗੇ ਜੀ, ਕੱਲ੍ਹ ਕਿਸੇ ਨੂੰ ਯਾਦ ਨਹੀਂ, ਆਪਣੇ ਹਰ ਕੋਈ ਆਪਣੇ ਕੰਮ ਕਾਰ ਵਿੱਚ ਬਿਜ਼ੀ ਹੋ ਜਾਏਗਾ। ਮੈਂ ਤੁਹਾਨੂੰ ਹੱਥ ਜੋੜਨਾ ਜੀ ਕਿ ਤੁਸੀਂ ਸਾਰੇ ਮਿਲ ਕੇ ਜੀ ਇਹ ਜਿਹੜੀ ਸੰਗਤ ਰਹਿ ਗਈ ਅਫਗਾਨਿਸਤਾਨ ਵਿੱਚ, ਉਹਨਾਂ ਦੇ ਅਸੀਂ ਤੁਸੀਂ ਸਾਰੇ ਇੱਕ ਹੋ ਕੇ ਉਹਨਾਂ ਦਾ ਕੁਝ ਸੋਚਿਆ ਜਾਵੇ ਜੀ। ਫਾਈਨੈਂਸ਼ਲੀ ਹਰ ਚੀਜ਼, ਇਹ ਗੱਲਾਂ ਬੜੀਆਂ ਈਜ਼ੀ ਨਹੀਂ ਜੀ, ਗੌਰਮੈਂਟ ਕਰੇਗੀ ਉਹ ਕੋਈ ਨਹੀਂ ਕਰਦਾ ਜੀ। ਜਿਹੜੀ ਗੱਲ ਹੈ ਜੀ, ਕਹਿੰਦੇ ਮੇਰੇ ਪਿਓ ਕਹਿੰਦਾ ਸੀ ਗਜ ਬਿਸ਼ੀ ਰਾਸ ਬਗੋ, ਚਾਹੇ ਤੁਸੀਂ ਟੇੜੇ ਬੈਠੋ ਮਗਰ ਗੱਲ ਸਿੱਧੀ ਕਰੋ, ਸੱਚੀ ਗੱਲ ਕਰੋ। ਠੀਕ ਹੈ ਜੀ, ਮੈਂ ਤੁਹਾਡਾ ਹੋਰ ਸਮਾਂ ਨਹੀਂ ਲੈਣਾ ਜੀ, ਪੋਲ ਚੁੱਕ ਦੀ ਖਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖਿਆ ਕਿ ਸਿੱਖ ਬੁੱਧੀਜੀਵੀ ਜਿਹੜੇ ਇੱਥੇ ਮੌਜੂਦ ਨੇ, ਸਿੱਖ ਜਿਹੜੀ ਨੁਮਾਇੰਦਗੀ ਕਰਦੇ ਨੇ ਸਿੱਖਾਂ ਦੀ, ਔਰ ਜਿਹੜੇ ਪ੍ਰਬੰਧਕ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਨੇ, ਉਹਨਾਂ ਨੇ ਆਪਣੀ ਆਪਣੀ ਪ੍ਰਤੀਕਿਰਿਆ ਦਿੱਤੀ। ਅਤੇ ਮੈਂ ਜਾਂਦੇ ਇਸ ਵਿਚਾਰ ਵਟਾਂਦਰੇ ਦੇ ਵਿੱਚ ਗੁਲਾਟੀ ਜੀ ਮੈਨੂੰ ਕੁਛ ਕਹਿਣਾ ਚਾਹੁੰਦੇ ਨੇ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਇਸ ਮੁਤਲਕ ਕੀ ਕੁਛ ਕਹਿਣਾ ਚਾਹੁੰਦੇ? ਮੈਂ ਇਹ ਦੱਸਾਂਗਾ ਕਿ ਸਾਡੇ ਵਿੱਚ ਜੋ ਕੌਂਸਲ ਜਨਰਲ ਜੋ ਆਏ ਨੇ ਅਬਦੁਲ ਸੱਤਾਰ ਅਖਬੀਨ, ਇਹਨਾਂ ਦਾ ਮੈਂ ਧੰਨਵਾਦ ਕਰਾਂਗਾ। ਅਤੇ ਇਹਨਾਂ ਨੇ ਇੱਕ ਬੜੀ ਵੱਡੀ ਗੱਲ ਅੱਜ ਦੱਸੀ ਕਿ ਅਵਤਾਰ ਸਿੰਘ ਦੇ ਸ਼ਹੀਦ ਹੋਣ ਤੋਂ ਬਾਅਦ, ਅਵਤਾਰ ਸਿੰਘ ਜੀ ਦੇ ਸ਼ਹੀਦ ਹੋਣ ਤੋਂ ਬਾਅਦ ਅਸੀਂ ਜੋ ਉੱਥੋਂ ਦੀ ਪਾਰਲੀਮੈਂਟ ਹੈ ਉਹਨਾਂ ਦਾ ਇਜਲਾਸ ਅਸੀਂ ਬੰਦ ਕਰ ਰੱਖਿਆ, ਜਦ ਤੱਕ ਕਿ ਅਸੀਂ ਇੱਕ ਮਿਨੋਰਟੀ ਵਿੱਚੋਂ ਇੱਕ ਦੂਸਰਾ ਬੰਦ ਅਸੀਂ ਚੋਣ ਨਹੀਂ ਲੈਂਦੇ। ਸੋ ਇਹ ਬੜੀ ਵੱਡੀ ਖਬਰ ਹੈ ਸਾਡੇ ਵਾਸਤੇ ਔਰ ਬਹੁਤ ਖੁਸ਼ੀ ਦੀ ਗੱਲ ਹੈ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਸੇ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਜੇ ਮੈਂ ਤੁਹਾਡੇ ਤੋਂ ਇਜਾਜ਼ਤ ਨਹੀਂ ਲੈ ਰਿਹਾ, ਮੈਂ ਦੱਸਾਂਗਾ ਕਈ ਸਵਾਲ ਜਿਹੜੇ ਮੈਂ ਪੁੱਛੇ ਸੀਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਹੁਣ ਸੰਗਤ ਤੋਂ, ਕਿ ਸੰਗਤ ਇਸ ਮੁਤਲਕ ਆਪਣੇ ਕੀ ਕੁਝ ਵਿਚਾਰ ਸਾਡੇ ਨਾਲ ਸਾਂਝਾ ਕਰਨੀ ਚਾਹੁੰਦੀ ਹੈ। ਫਿਲਹਾਲ ਰੁਕ ਰਹੇ ਹਾਂ ਇੱਕ ਨਿੱਕੇ ਜਿਹੇ ਵਕਫੇ ਲਈ, ਲੇਕਿਨ ਵਕਫੇ ਤੋਂ ਬਾਅਦ ਵੀ ਸਾਡੀ ਹੈ ਖਾਸ ਪੇਸ਼ਕਸ਼, ਬਦਸਤੂਰ ਜਾਰੀ ਹੈ। ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਹਲੂਵਾਲੀਆ। ਜਸ ਪੰਜਾਬੀ ਦੀ ਟੀਮ ਅੱਜ ਪਹੁੰਚੀ ਹੈ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਹਿਕਸਵਿਲ ਨਿਊਯਾਰਕ ਵਿਖੇ, ਜਿੱਥੇ ਅੱਜ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਸਾਡੇ ਪ੍ਰਬੰਧਕ ਨੇ ਇੱਥੇ ਜੁੜੇ ਹੋਏ ਨੇ ਔਰ ਕੌਂਸਲਰ ਜਨਰਲ ਨੇ, ਉਹਨਾਂ ਨੇ ਵੀ ਇੱਥੇ ਸ਼ਮੂਲੀਅਤ ਕੀਤੀ ਹੈ ਔਰ ਅੱਜ ਇਹਨਾਂ ਦਾ ਇੱਥੇ ਪਹੁੰਚਣ ਦਾ ਇੱਕ ਮੇਨ ਮਕਸਦ ਹੈ। 1 ਜੁਲਾਈ ਤੁਹਾਨੂੰ ਯਾਦ ਹੋਣੀ ਹੈ ਅਫਗਾਨਿਸਤਾਨ ਦੇ ਵਿੱਚ, ਖਾਸ ਤੌਰ 'ਤੇ ਸ਼ਹਿਰ ਜਲਾਲਾਬਾਦ ਦੇ ਵਿੱਚ ਜੋ ਬੰਬ ਧਮਾਕਾ ਹੋਇਆ, ਉੱਥੇ 15 ਗੁਰੂ ਸਿੰਘ ਸਾਹਿਬਾਨਾਂ ਦੀ ਮੌਤ ਹੋ ਗਈ। ਲੇਕਿਨ ਅੱਜ ਜਿਹੜੇ ਪ੍ਰਬੰਧਕ ਇੱਥੇ ਮੌਜੂਦ ਨੇ ਉਹ ਕਹਿ ਰਹੇ ਨੇ ਇਹ ਮੌਤ ਨਹੀਂ, ਇਹ ਸਿੱਖ ਕੌਮ ਦੇ ਲਈ ਉਹਨਾਂ ਦੀ ਸ਼ਹਾਦਤ ਹੈ। ਉਸ ਲਸਾਨੀ ਸ਼ਹਾਦਤ ਨੂੰ ਉਹ ਯਾਦ ਕਰ ਰਹੇ ਨੇ ਔਰ ਨਮ ਅੱਖਾਂ ਦੇ ਨਾਲ ਆਪਣੀ ਸ਼ਰਧਾਂਜਲੀ ਭੇਟ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਗੱਲ ਰੱਖ ਰਹੇ ਨੇ ਕਿ ਆਖਿਰਕਾਰ ਇਹ ਹਾਦਸਾ ਜਿਹੜਾ ਹੋਇਆ, ਇਹਨੂੰ ਹਾਦਸਾ ਕਹੀਏ ਕਿਉਂਕਿ ਇਹ ਹੁਣ ਇਤਿਹਾਸ ਦੇ ਵਿੱਚ ਇੱਕ ਆਪਣੇ ਆਪ 'ਚ ਜਜ਼ਬਾਤ ਬਣ ਗਏ ਨੇ ਕਿ ਇਹਨੂੰ ਹਾਦਸਾ ਕਹੀਏ ਜਾਂ ਫਿਰ ਅਸੀਂ ਇਹਨੂੰ ਕਹੀਏ ਟਾਰਗੇਟ ਕਿਲਿੰਗ। ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ, ਅੱਜ ਦੇ ਇਸ ਪੂਰੇ ਵਿਚਾਰ ਵਟਾਂਦਰਾ ਅਸੀਂ ਜ਼ਰੂਰ ਜਾਰੀ ਰੱਖਾਂਗੇ ਔਰ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦਰਸਾਉਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਕੀ ਹੈ ਅਫਗਾਨਿਸਤਾਨ ਦੇ ਵਿੱਚ, ਅਜਿਹੀਆਂ ਕਹਾਣੀਆਂ
ਕੀ ਹੈ ਅਫਗਾਨਿਸਤਾਨ ਦਾ ਇਤਿਹਾਸ ਜੋ ਕਿ ਮਜਬੂਰ ਕਰਦਾ ਹੈ ਸਾਡੇ ਸਿੱਖ ਭਾਈਚਾਰੇ ਨੂੰ ਅਮੈਰੀਕਾ, ਯੂਕੇ, ਯੂਰੋਪ, ਨਿਊਜ਼ੀਲੈਂਡ, ਆਸਟ੍ਰੇਲੀਆ ਜਾਣ ਨੂੰ ਕਿ ਜਿਹੜੇ ਪਰਿਵਾਰ ਇਸ ਟਾਈਮ ਅਫਗਾਨਿਸਤਾਨ ਦੇ ਵਿੱਚ ਮੌਜੂਦ ਹੈ ਕਿ ਉਹ ਸਲਾਮਤ ਹੈ ਕਿ ਨਹੀਂ। ਅਬਦੁਲ ਸੱਤਾਰ ਹਕਬੀਨ, ਕੌਂਸਲਰ ਜਨਰਲ ਨਿਊਯਾਰਕ ਦਰ ਮਾਫਲੇ ਸੋਗਵਾਰੀਏ ਆਗਾ ਰਵੇਲ ਸਿੰਘ ਵਾ ਉਤਾਰ ਸਿੰਘ ਖੁਸ਼ ਆਮਦੀਦ ਮੇ ਗੋਇਮ ਵਾ ਅਲਬਤਾ ਇਨ ਵਾਕੇ ਸ਼ਰਮਨੌਕੇ ਕੇ ਅਸ ਤਰਫੇ ਤੁਰੋਰਿਸਥਾ ਵਾ ਆਲੇ ਹੋਨੂਦ ਵਾ ਸਿੱਖਾ ਵਾ ਬਰਾਦਰਾਂ ਨੇ ਮੁਸਲਮਿਨ ਅੰਜਾਮ ਗ੍ਰਿਫਤ ਕਾਬਲੇ ਹਰ ਗੁਨਾ ਮਾਂ ਅਜੀ ਅਲਫਾਜ਼ ਨਾ ਦਾਰਿਮ ਕਿ ਇਨਾਰਾ ਬਦ ਬਿਗੋਇਮ ਵਾ ਬਦ ਗੁਫਤਾਨ ਹਮ ਦਰ ਸ਼ਾਨ ਮਾਂ ਨਿਸਤ ਹੀਚ ਕੁਦਾਮ ਮਜ਼ਹਬ ਦਰ ਦੁਨੀਆ ਇਨ ਰਾਰਾ ਬਰਾਏ ਮਾਂ ਰਹਿਨੁਮਾਈ ਨਾ ਮੇਕੁਨਤ ਮਾਂ ਅਸ ਖੁਦਾਵੰਦ ਮੁਤਾਲ ਬਰਾਏ ਸ਼ਹੀਦਾਂ ਨੇ ਜਲਾਲਾਬਾਦ ਜਨਤ ਨਸੀਬ ਮੇ ਖਾਇਮ ਵਾ ਫਾਮੀਲ ਰਾ ਬਰਾਏ ਇਸ਼ਾਨ ਹੌਸਲਾ ਔਰਜ਼ੋ ਮੇਦਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਹੁਤ ਹੀ ਦੁਖਦਾਇਕ ਘਟਨਾ ਹੈ ਔਰ ਇਹਦੇ ਬਾਰੇ ਸਾਰੇ ਆਪ ਨੂੰ ਦੱਸ ਚੁੱਕੇ ਨੇ। ਮੈਂ ਜਿਹੜਾ ਪੁਆਇੰਟ ਸਮਝਦਾ ਕਿ ਕਹਿਣਾ ਜ਼ਰੂਰੀ ਹੈਗਾ ਉਹ ਹੈਗਾ ਭਾਈ ਵਿਸ਼ੰਬਰ ਦਾਸ ਜੀ ਦਾ ਪੁਆਇੰਟ, ਜੋ ਕਿ ਨਵੀਂ ਗੱਲ ਨੌ ਦਿਨ ਇਟਸ ਅ ਟਰੂ ਫੈਕਟ। ਇਹ ਬੜੀ ਜ਼ਰੂਰੀ ਗੱਲ ਹੈ ਸਾਡੇ ਗੁਰਦੁਆਰੇ 'ਚ ਔਰ ਇਹ ਅਫਗਾਨਿਸਤਾਨ 'ਚ ਮਸਲਾ ਹੋਇਆ ਔਰ ਟੋਨੀ ਭਾਅ ਜੀ ਨੇ ਕਿਹਾ ਕਿ ਸ਼ਿਲੋਂਗ 'ਚ ਵੀ ਕੁਛ ਹੋਇਆ ਸੀਗਾ, ਪਿੱਛੇ ਕਿਤੇ ਹੋਰ ਵੀ। ਸੋ ਸਭ ਜਗ੍ਹਾ ਕੁਛ ਨਾ ਕੁਛ, ਵੀ ਆਰ ਲਿਵਿੰਗ ਇਨ ਡਾਇਨਾਮਿਕ ਵਰਲਡ, ਸਮਥਿੰਗ ਇਜ਼ ਗੋਇੰ ਟੂ ਹੈਪਨ ਸਮਵੇਅਰ, ਕਿਤੇ ਨਾ ਕਿਤੇ ਕੁਛ ਨਾ ਕੁਛ ਹੁੰਦਾ ਰਹੇਗਾ। ਸੋ ਅੱਜ ਅਸੀਂ ਸਾਰੇ ਲੋਕ ਇਕੱਠੇ ਹੋਏ ਹਾਂ, ਕਮ ਅਜ਼ ਕਮ ਕੋਈ ਨਾ ਕੋਈ ਰੈਜ਼ੋਲਿਊਸ਼ਨ, ਕੋਈ ਨਾ ਕੁਛ ਨਵਾਂ, ਕੁਛ ਚੇਂਜ ਕਰਕੇ ਜ਼ਰੂਰ ਜਾਈਏ। ਕੁਛ ਗੁਰਦੁਆਰੇ ਦੀ ਕਮੇਟੀ, ਸਾਡੇ ਗੁਰਦੁਆਰੇ ਦੀ ਪੂਰੀ ਕਮੇਟੀ ਹੈ ਜਿੱਥੇ ਮੌਜੂਦ ਹੈ, ਕੁਛ ਹੋਰ ਗੁਰਦੁਆਰੇ ਤੋਂ ਵੀ ਕਮੇਟੀਆਂ ਆਈਆਂ ਨੇ। ਕਮ ਅਜ਼ ਕਮ ਅਸੀਂ ਇਤਨਾ ਕਰ ਸਕਦੇ ਹਾਂ ਕਿ ਜਿੱਥੇ ਗੁਰਦੁਆਰੇ ਦੇ ਲਈ ਸਕੂਲ ਜ਼ਰੂਰੀ ਹੈ, ਗੁਰਦੁਆਰੇ ਦੇ ਬਿਲਡਿੰਗ ਡਿਪਾਰਟਮੈਂਟ ਜ਼ਰੂਰੀ ਹੈ, ਗੁਰਦੁਆਰੇ ਲਈ ਇੱਕ ਆਪਣੀ ਕੌਮ ਲਈ ਜਦੋਂ ਵੀ ਕੋਈ ਇਸ਼ੂ ਆਵੇ ਉਹਦੇ ਲਈ ਬਜਾਏ ਤੁਸੀਂ ਪ੍ਰੋਟੋਕੋਲ 'ਚ ਫਸ ਜਾਓ, ਇੱਕ ਕਮੇਟੀ ਹੋਣੀ ਚਾਹੀਦੀ ਹੈ ਜਿਹੜੀ ਕਿ ਸਿਰਫ ਇੰਡੀਪੈਂਡੈਂਟ ਕਮੇਟੀ ਵਿੱਚ ਕੈਨ ਗੈਟ ਟੂਗੈਦਰ ਵਿਦ ਅਦਰ ਗੁਰਦੁਆਰਾਸ ਐਂਡ ਹੈਲਪ ਇਨ ਦੀਸ ਕਾਇੰਡ ਆਫ ਸਿਚੁਏਸ਼ਨਸ, ਜੋ ਕਿ ਆਮ ਤੌਰ 'ਤੇ ਹੁੰਦਾ ਨਹੀਂ। ਸੋ ਮੇਰੀ ਰਿਕੁਐਸਟ ਹੋਏਗੀ ਆਪਣੀ ਕਮੇਟੀ ਲਈ ਵੀ ਅਤੇ ਬਾਕੀ ਕਮੇਟੀਆਂ ਲਈ ਵੀ ਕਿ ਆਪਣੇ ਆਪਣੇ ਗੁਰਦੁਆਰੇ 'ਚੋਂ ਇੱਕ ਇੱਕ ਨੁਮਾਇੰਦਾ ਇਸ ਕੰਮ ਪਿੱਛੇ, ਕਿ ਜਿੱਥੇ ਵੀ ਕਦੀ ਕੋਈ ਇਸ ਤਰ੍ਹਾਂ ਦੀ ਦੁਰਘਟਨਾ ਹੋਵੇ ਅਸੀਂ ਲੋਕ ਇਕੱਠੇ ਹੋ ਕੇ ਉਸ ਲਈ ਕੁਛ ਕਰ ਸਕੀਏ, ਗੱਲਾਂ ਤੋਂ ਉੱਠ ਕੇ ਉੱਪਰ ਵਾਕਈ ਕੁਛ ਇੱਕ ਕਮ ਅਜ਼ ਕਮ ਕੁਛ ਕਰ ਸਕੀਏ, ਦੈਟ ਇਜ਼ ਟੂ ਗੈਟ ਸਮਥਿੰਗ ਡਨ। ਸੋ ਇਤਨੀ ਗੱਲ ਕਰਦੇ ਹੋਏ ਮੈਂ ਸ਼ਮਾ ਦਾ ਜਾਜਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਭ ਪਹਿਲੇ ਮੈਂ ਆੜੇ ਅਫਗਾਨ ਹਿੰਦੂ ਅਤੇ ਅਫਗਾਨ ਸਿੱਖ ਭਰਾਵਾਂ ਵੱਲੋਂ ਸ਼ਰਧਾਂਜਲੀ ਪੇਸ਼ ਕਰਨਾ ਵਾਂ। ਇਹ ਲੋਕ ਤੁਸੀਂ ਸੋਚੋ ਕੌਣ ਆਏ ਉੱਥੇ ਜੋ ਮਾਰੇ ਗਏ, ਉਹਨਾਂ ਨੇ ਆੜੇ ਬਿਜ਼ਨਸ ਨਹੀਂ ਸੋਚਿਆ, ਉਹਨਾਂ ਨੇ ਆੜਾ ਪਰਿਵਾਰ ਨਹੀਂ ਸੋਚਿਆ, ਉਹਨਾਂ ਨੇ ਇਹ ਸੋਚਿਆ ਕਿ ਉਸ ਹਾਲਾਤ ਦੇ ਵਿਚਕਾਰ ਆੜੇ ਗੁਰਦੁਆਰੇ ਅਤੇ ਮੰਦਰਾਂ 'ਤੇ ਕਿੰਝ ਉਹਨੀ ਬਚਾਉਣ। ਪਿਛਲੇ 20 ਸਾਲਾਂ 'ਚ ਇਹਨਾਂ 'ਚੋਂ ਕਈ ਲੋਕਾਂ ਨੇ ਕਈ ਗੁਰਦੁਆਰਿਆਂ 'ਚ ਜਾ ਕੇ ਦਿਨ ਰਾਤ ਸੇਵਾ ਕੀਤੀ ਹੈ, ਪੈਰਾਦਾਰੀ ਕੀਤੀ ਹੈ। ਅਗਰ ਇਮੈਜਿਨ ਕਰੋ ਅਸੀਂ ਵੀ ਉੱਥੇ ਆਉਂਦੇ ਤਾਂ ਸ਼ਾਇਦ ਅਸੀਂ ਵੀ ਇਹਨਾਂ ਨਾਲ ਆਉਂਦੇ ਕਿ ਸਾਡੇ ਲੋਕਾਂ 'ਚ ਇਹ ਖੂਨ ਹੈ ਕਿ ਅਸੀਂ ਸਾਡੇ ਲੋਕਾਂ ਦੀ ਸੇਵਾ ਕਰੀਏ। ਡਾਕਟਰ ਸਾਹਿਬ ਨੇ ਬਹੁਤ ਅੱਛੀ ਗੱਲਾਂ ਕੀਤੀਆਂ, ਵਿਸ਼ੰਬਰ ਜਨ ਥੈਂਕ ਯੂ ਫੋਰ ਯੋਰ ਟਰੂ ਹਾਰਟਡ ਕਾਮੈਂਟਸ। ਅਫਗਾਨਿਸਤਾਨ ਵਾਜ ਅ ਪਲੇਸ ਆਫ ਕ੍ਰੋਸ ਰੋਡ ਆਫ ਕਲਚਰ, ਟ੍ਰੇਡ ਐਂਡ ਬਿਜ਼ਨਸ। ਥਾਊਜ਼ੰਡਸ, ਡਾਕਟਰ ਸਾਹਿਬ ਨੇ ਕਿਹਾ ਥਾਊਜ਼ੰਡਸ ਈਅਰਸ ਅਗੋ ਅਫਗਾਨਿਸਤਾਨ ਸਿੱਖ ਉੱਥੇ ਆਇਆ, ਬਟ ਅਗਰ ਤੁਸੀਂ ਅਫਗਾਨਾਂ 'ਤੇ ਪੁੱਛੋ ਕਿ ਅਸੀਂ ਲੋਕ ਕੌਣ ਉੱਥੋਂ ਦੇ, ਉਹਨੀਆਂ ਸਾਨੂੰ ਆਲੇ ਹਨੂਦ ਦੇ ਨਾਂ 'ਤੇ ਜਾਣਦੇ, ਦੋਵੇਂ ਸਾਡੇ ਭਰਾ ਹਿੰਦੂ ਸਿੱਖਾਂ 'ਤੇ, ਉਹਨੀ ਕਹਿੰਦੇ ਬਾਸ਼ਗਾਂ ਨੇ ਅਸਲੀ ਅਫਗਾਨਿਸਤਾਨ ਉਸ ਦਾ ਸਿੰਪਲ ਟਰਾਂਸਲੇਸ਼ਨ ਇੰਗਲਿਸ਼ 'ਚ ਹੈ, ਸੋਰੀ ਉਸ ਦਾ ਸਿੰਪਲ ਟਰਾਂਸਲੇਸ਼ਨ ਇੰਗਲਿਸ਼ ਹੈ ਓਰੀਜਨਲ ਇਨਹੈਬੀਟੈਂਟਸ ਆਫ ਅਫਗਾਨਿਸਤਾਨ। ਜੋ ਤੁਸੀਂ ਅਗਰ ਕੰਪੇਅਰ ਕਰੋ ਤਾਂ ਨੇਟਿਵ ਇੰਡੀਅਨਸ ਜਿਹੜੇ ਇੱਥੇ ਹੈ ਨੇ ਉੱਥੇ ਅਫਗਾਨਿਸਤਾਨ ਦੇ ਸਿੱਖ ਅਤੇ ਹਿੰਦੂ ਅਫਗਾਨਿਸਤਾਨ ਦੇ ਓਰੀਜਨਲ ਲੋਕ ਹਨ, ਜੋ ਇੱਕ ਟਾਈਮ 'ਤੇ ਹਿੰਦੁਸਤਾਨ ਵੀ ਉਸ ਟਾਈਮ 'ਤੇ ਸ਼ਾਇਦ ਨਾ ਆਇਆ ਜਿਹੜੇ ਵੇਲੇ ਇਕੱਠੀ ਇੱਕ ਹੀ ਜਗ੍ਹਾ ਹੈ।
ਸਮੇਂ ਜ਼ਿਆਦਾ ਨਹੀਂ ਲੈਣਾ ਵਾ ਬਟ ਗੱਲਾਂ ਬਹੁਤ ਹੋਈਆਂ ਉਮੀਦ ਕਰਨਾ ਕਿ ਅਫਗਾਨ ਸਿੱਖ ਭਰਾਵਾਂ ਦੇ ਨਾਲ ਡਾਕਟਰ ਸਾਹਿਬ ਦੇ ਨਾਲ ਬੈਠ ਕੇ ਕੁਛ ਸਟ੍ਰੈਟਜੀ ਜਿਹੀ ਬਣਾਈ ਜਾਏ ਜਿੱਥੇ ਜਿਕਣ ਡਾਕਟਰ ਸਾਹਿਬ ਨੇ ਕਿਹਾ ਕਿ ਕੰਟੀਨਿਊਸ ਪ੍ਰੈਸ਼ਰ ਇਜ਼ ਮਸਟ ਐਂਡ ਇਟ ਹੈਜ਼ ਟੂ ਕੰਟੀਨਿਊ ਇੱਕ ਛੋਟੀ ਜਿਹੀ ਸੂਚਨਾ ਹੋਰ ਦੇਣਾ ਮੈਰੀਲੈਂਡ ਦੇ ਹਾਂਜੀ ਆਸਮਾਈ ਮੰਦਿਰ ਮੈਰੀਲੈਂਡ 'ਚ ਜੋ ਆਸਮਾਈ ਮੰਦਿਰ ਅਫਗਾਨ ਹਿੰਦੂਆਂ ਦਾ ਮੰਦਿਰ ਹੈ ਔਰ 2 ਮਹੀਨੇ ਪਹਿਲੇ ਉਸਦੀ ਸਥਾਪਨਾ ਹੋਈ ਹੈ ਐਂਬੈਸਡਰ ਆਫ ਅਫਗਾਨਿਸਤਾਨ ਉੱਥੇ ਸ਼ਰਧਾਂਜਲੀ ਦੇਣੇ ਆਉਂਦੇ ਪੈਣ ਸੰਡੇ ਜੂਨ 8 5 o'clock ਡਾਕਟਰ ਸਾਹਿਬ ਤੁਹਾਡਾ ਮੈਂ ਜੋੜ ਕੇ ਰਿਕੁਐਸਟ ਕਰਨਾ ਅਗਰ ਸਮੇਂ ਹੋਇਆ ਤਾਂ ਪਲੀਜ਼ ਉੱਥੇ ਸਾਡੇ ਦਰਸ਼ਨ ਦਿਓ ਐਂਡ ਵੀ ਆਲ ਹੈਵ ਟੂ ਮੇਕ ਐਫਰਟਸ ਟੂ ਸੇਵ ਦੀ ਰਿਮੇਨਿੰਗ ਪੀਪਲ ਇਨ ਅਫਗਾਨਿਸਤਾਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਖਿਆਲ ਅਨੁਸਾਰ ਅਫਗਾਨਿਸਤਾਨ ਵਿੱਚ ਸਿੱਖਾਂ ਨੂੰ ਸਿੱਖ ਹੋਣ ਦੀ ਕੀਮਤ ਚੁਕਾਉਣੀ ਪਈ ਹੈ ਅਤੇ ਸਿੱਖਾਂ ਨੇ ਆਪਣੀ ਹੋਂਦ ਆਪਣੇ ਸਿੱਖੀ ਸਰੂਪ ਅਤੇ ਕਲਗੀਧਰ ਪਾਤਸ਼ਾਹ ਦੀਆਂ ਬਖਸ਼ੀਆਂ ਜੋ ਖਾਲਸੇ ਨਿਸ਼ਾਨੀਆਂ ਨੇ ਉਹਨਾਂ ਨੂੰ ਕਾਇਮ ਰੱਖਣਾ ਇਸ ਪ੍ਰਕਾਰ ਦੀਆਂ ਜਿਹੜੀਆਂ ਮਰਜ਼ੀ ਘਟਨਾਵਾਂ ਘਟਦੀਆਂ ਰਹਿਣ ਇਹ ਬਲ ਮਿਲਣਾ ਗੁਰੂ ਦੇ ਸ਼ਬਦ ਵਿੱਚੋਂ ਮੈਂ ਸਮਝਣਾ ਉਹ ਲੋਕ ਇਸ ਪੱਖੋਂ ਬਲਵਾਨ ਸਨ ਜਦੋਂ ਡਾਕਟਰ ਅਮਰਜੀਤ ਹੋਰਾਂ ਨੇ ਇਹ ਕਿਹਾ ਗੁਰਬਾਣੀ ਦਾ ਫਰਮਾਨ ਸੁਣਾ ਕੇ ਭਾਵੇਂ ਵਿਆਖਿਆ ਨਹੀਂ ਕਰ ਸਕੇ ਵੀ ਜਦੋਂ ਆਤਮਿਕ ਤੌਰ 'ਤੇ ਮਨੁੱਖ ਕਮਜ਼ੋਰ ਹੋ ਜਾਏ ਤਾਂ ਸਾਰੇ ਤਰ੍ਹਾਂ ਦੇ ਬੰਧਨ ਘੇਰ ਲੈਂਦੇ ਨੇ ਬਲ ਛੁੱਟ ਕਿਉਂ ਬੰਧਨ ਪਰੇ ਕਛੂ ਨਾ ਹੋ ਤੋ ਪਾਏ ਪਰ ਦੂਜੇ ਬਾਣੇ ਨਾਲ ਕਹਿੰਦੇ ਨੇ ਬਲ ਹੋਆ ਬੰਧਨ ਛੁੱਟੇ ਸਭ ਕੁਛ ਹੋ ਤਾਂ ਉਪਾਏ ਜੇ ਆਤਮਿਕ ਤੌਰ 'ਤੇ ਬਲਵਾਨ ਮਨੁੱਖ ਹੋ ਜਾਏ ਤਾਂ ਹਰ ਪ੍ਰਕਾਰ ਦੇ ਬੰਧਨ ਤੋੜਨ ਲਈ ਕਾਇਮ ਹੋ ਜਾਂਦਾ ਹੈ ਡਾਕਟਰ ਸਰੂਜਾ ਜੀ ਕਹਿ ਰਹੇ ਸਨ ਕਿ ਹਿੰਦੁਸਤਾਨ ਦੀ ਹਕੂਮਤ ਨੇ ਕੋਈ ਖਾਸ ਦੁੱਖ ਦਾ ਪ੍ਰਗਟਾਵਾ ਜਾਂ ਰੋਸ ਪ੍ਰਗਟ ਨਹੀਂ ਕੀਤਾ ਅਸੀਂ ਉਹਨਾਂ ਤੋਂ ਕੀ ਆ ਸਕਦੇ ਹਾਂ ਉੱਥੇ ਤਾਂ ਆਪ ਇਹੋ ਹਾਲ ਹੈ ਉਹ ਕਹਿੰਦੇ ਜਿਹੜੇ ਹਿੰਦੂ ਨੇ ਉਹ ਜੇ ਹਿੰਦੁਸਤਾਨ ਇੱਥੇ ਭਾਰਤ ਦੇ ਵਾਸੀ ਜਿਹੜੇ ਹਿੰਦੂ ਆਪਣੇ ਆਪ ਨੂੰ ਖੋਲ੍ਹਦੇ ਨੇ ਉਹ ਹੀ ਰਹਿ ਸਕਦੇ ਨੇ ਜਿਹੜੇ ਹਿੰਦੂ ਨਹੀਂ ਉਹ ਨਿਕਲ ਜਾਣ ਅਸੀਂ ਉਹਨਾਂ ਤੋਂ ਕੀ ਆਸ ਰੱਖਦੇ ਹਾਂ ਮੈਂ ਸਮਝਣਾ ਜੋ ਖਾਲਸੇ ਚੜ੍ਹਦੀ ਕਲਾ ਹੋ ਰਹੀ ਰਾਜਨੀਤਿਕ ਖੇਤਰ ਜਿਵੇਂ ਕੈਨੇਡਾ ਦਾ ਪ੍ਰਧਾਨ ਮੰਤਰੀ ਉੱਥੇ ਜਾਂਦਾ ਉਹਨਾਂ ਨੂੰ ਕਿਉਂ ਸਾੜਾ ਪੈ ਗਿਆ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਤੁਹਾਨੂੰ ਬਦਨਾਮ ਕਰਨ ਵਾਸਤੇ ਕੈਨੇਡਾ ਵਿੱਚ ਕਿ ਅੱਤਵਾਦੀ ਨੇ ਫਲਾਣੇ ਨੇ ਤਾਂ ਕਿ ਇਹ ਰਾਜਨੀਤਿਕ ਤੌਰ 'ਤੇ ਉੱਭਰ ਰਹੇ ਨੇ ਮੈਂ ਸਮਝਣਾ ਸਾਡੇ ਉਹ ਅਫਗਾਨੀ ਭਰਾ ਵੀ ਅਫਗਾਨਿਸਤਾਨ ਵਿੱਚ ਤੁਹਾਡੀ ਜੋ ਨਿਸ਼ਾਨੀ ਹੈ ਸਿੱਖ ਕੌਮ ਦੀ ਉਹਨੂੰ ਪ੍ਰਗਟਾਉਣ ਲਈ ਕਾਇਮ ਹੋਏ ਸਨ ਅੱਗੇ ਵਧੇ ਸਨ ਰਾਜਨੀਤਿਕ ਤੌਰ 'ਤੇ ਖਤਰਾ ਪੈ ਗਿਆ ਐਸੀਆਂ ਸ਼ਕਤੀਆਂ ਨੂੰ ਕਿ ਇਹਨਾਂ ਨੂੰ ਅੱਗੇ ਨਾ ਵਧਣ ਦਿੱਤਾ ਜਾਏ ਮੈਨੂੰ ਤਾਂ ਇਹ ਸਮਝ ਪੈਂਦੀ ਆ ਸਰਦਾਰ ਰਵੇਲ ਸਿੰਘ ਜਿਹੜੇ ਸ਼ਹੀਦ ਹੋਏ ਨੇ ਰਿਸ਼ਤੇਦਾਰੀ ਵਿੱਚੋਂ ਵੀ ਮੈਂ ਉਹਨਾਂ ਨੂੰ ਮਿਲਿਆ ਕੁਝ ਸਾਲ ਪਹਿਲਾਂ ਜਦੋਂ ਤੇਜਵੀਰ ਦੀ ਸ਼ਾਦੀ ਹੋਈ ਦੋ ਕੁ ਸਾਲ ਪਹਿਲਾਂ ਦਿੱਲੀ ਮਿਲਣ ਹੋਇਆ ਸੀ ਕਿਉਂਕਿ ਮੇਰੇ ਵੀਰ ਸਰਦਾਰ ਰਵੇਲ ਸਿੰਘ ਜੋ ਕੁੜਮ ਨੇ ਇਹ ਮੇਰੇ ਇਹਨਾਂ ਦੇ ਕੁੜਮ ਨੇ ਉਹਨਾਂ ਦੇ ਬੇਟੇ ਦੀ ਸ਼ਾਦੀ ਸੀ ਤੇਜਵੀਰ ਸਿੰਘ ਦੀ ਉੱਥੇ ਸਾਰੇ ਵੀਰ ਆਏ ਸਨ ਸਰਦਾਰ ਰਵੇਲ ਸਿੰਘ ਹੋਰਾਂ ਵੀ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਮਿਲਿਆ ਤਾਂ ਉਹਨਾਂ ਅੰਦਰ ਇੱਕ ਸਿੱਖੀ ਦਰਦ ਸੀ ਉਦੋਂ ਵੀ ਗੱਲ ਹੋਈ ਸੀ ਕਹਿੰਦੇ ਜਿੰਨਾ ਚਿਰ ਗੁਰਧਾਮ ਨੇ ਅਤੇ ਸਾਡੇ 'ਚ ਪ੍ਰਾਣ ਨੇ ਅਸੀਂ ਤਾਂ ਗੁਰਧਾਮਾਂ ਦੀ ਸੇਵਾ 'ਚ ਰਵਾਂਗੇ ਭਾਵੇਂ ਸਾਡੇ ਭਰਾ ਆ ਗਏ ਨੇ ਸਾਰੇ ਆ ਸਕਦੇ ਸਾਨੂੰ ਉਸ 'ਚ ਕੋਈ ਸ਼ੱਕ ਨਹੀਂ ਹੁਣ ਬਸ ਇਹੀ ਲੋੜ ਹੈ ਜਿਵੇਂ ਕਿਹਾ ਕਿ ਜਿੱਥੇ ਜਿੱਥੇ ਵੀ ਸਾਡੇ ਸਿੱਖ ਭਰਾ ਵੱਸਦੇ ਨੇ ਉਹ ਯਤਨ ਕਰਨ ਕਿ ਉਹਨਾਂ ਨੂੰ ਵੱਧ ਤੋਂ ਵੱਧ ਵਿਦੇਸ਼ਾਂ ਸੈਟਲ ਕਰਨ ਅਤੇ ਉੱਥੇ ਉਹਨਾਂ ਦੀ ਹੈਲਪ ਕਰਨ ਪਰ ਜਿਹੜੀ ਕਹਿੰਦੇ ਨੇ ਮਿਲ ਕੇ ਆਵਾਜ਼ ਉਠਾਓ ਇਹ ਤਾਂ ਹੀ ਹੋ ਸਕਦੀ ਜੇ ਸਿੱਖ ਸਟੇਟ ਕੰਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਅਸੀਂ ਲਗਾਤਾਰ ਵਿਚਾਰ ਵਟਾਂਦਰਾ ਕਰ ਰਹੇ ਹਾਂ ਜੋ ਹਾਦਸਾ ਵਾਪਰਿਆ 1 ਜੁਲਾਈ ਨੂੰ ਜਲਾਲਾਬਾਦ ਅਫਗਾਨਿਸਤਾਨ ਵਿਖੇ ਔਰ 5 ਸਿੰਘ ਸਾਹਿਬਾਨਾਂ ਦੀ ਦਰਦਨਾਕ ਮੌਤ ਜਾਂ ਫਿਰ ਉਹਨਾਂ ਦੀ ਸ਼ਹਾਦਤ ਮੇਰੀ ਨਿੱਜੀ ਖੁਆਇਸ਼ ਹੈ ਅਤੇ ਨਾਲ ਹੀ ਸਾਡੀ ਕਮੇਟੀ ਮੈਂਬਰਾਂ ਦੀ ਵੀ ਇਹੀ ਆਰਜ਼ੂ ਰਹੇਗੀ
जो श्रोमणी कमेटी गुरद्वारा प्रबंधक कमेटी अमृतसर लई जो इन्हां दे प्रमुख सेवादार जो ये शहीद होए हैं सरदार रवेल सिंह अते सरदार अवतार सिंह जी खालसा जी की फोटो जो है सिख अजायब घर जो श्री दरबार साहब है उहदे विच लाउण की कृपालता करन। अज ही मेरी गल हुई सी दिल्ली गुरद्वारा प्रबंधक कमेटी और उन्होंने भी ये इस खबर को बड़ा खुशी नाल प्रवान किया है। उन्होंने कहा कि असी भी ये गल कहांगे कि जो ये दो प्रमुख सिख जो शहीद होए हैं अफगानिस्तान की सिखां की राखी वास्ते उतों के इतिहासक गुरद्वार की राखी वास्ते उन्हों की जो दो फोटो हैं वो श्री दरबार साहब सिख अजायब घर में लगाई जाए ताकि अगली नस्ल जो है साढ़े अगले सिख भरा जो हैं उन्होंने पता लग लग सके कि अफगानिस्तान भी इन्ने साढ़े सिख भरा रेंदे सन अते उन्होंने भी कुरबानियां कीतिया हैं शहीदियां प्राप्त कीतिया हैं। मैं समूह सिख भाईचारे का धन्यवाद करता हाँ जो साड़ी इस काम की घाड़ी विच तकरीबन सारे जगत दे जो लीडर ने कमेटियां ने गुरद्वारे प्रबंधक ने जिथे भी हैं थां थां ते उन्होंने इस सोग विच हिस्सा पाया और अज तकरीबन जिथे भी अफगानी सिख दे रहिंदे हन उन्होंने अखंड पाठ रख के भोग पाया अते बहुत सारे लोगों ने शमूलियत की है। मैं उन्होंने नाम जरूर दसांगा जेडे कि शहीद होए ने सरदार शहीद सरदार अवतार सिंह सरदार रवेल सिंह सरदार सतनाम सिंह सरदार इंद्रजीत सिंह सरदार तरनजीत सिंह सरदार मेहर सिंह कलांतर राजू सिंह विक्की कुमार अमरीक सिंह लखमानी तरिंदर सिंह अनूप सिंह वीर मुसलमान मुस्तफा मनीत सिंह अते बलजीत सिंह शायद शहादत होर भी हुई हो पर सानू जो ये लिस्ट मिली है हूँ तक ये नाम आए हैं। सो साढ़े विच जो अफगानिस्तान दे जनरल कौंसल काबुल तो असमाई हिंदू टेंपल बड़ी अफसोसनाक खतर खबर है जो इस तरह वाक्या पेश होया एंड वी आर वेरी वेरी सैड द एंटायर कम्युनिटी इज़ वेरी सैड अबाउट इट एंड वी कंडेम दिस काइंड ऑफ थिंग्स। सो ये वो बंदे जिन्हें सरदार अवतार सिंह जी जिन्होंने के पार्लीमेंट जाना सी सरदार वेल सिंह जी जिन्हें के अपने साडे प्रधान साहब उत्थों सी कम्यूनिटी दे और होर सज्जन ये सारे जितने भी साढ़े उत्थे लीडर सन जलालाबाद और काबल तो भी ये सारे इकट्ठे हो के जो कि उत्थों के प्रेजिडेंट मिलन जा रहे सन तो एक हादसे दे विच जिहड़ा के उन्हां ते हमला किया गया और ये सारे उस हादसे दे विच अपनी जान गुआ बैठे। सो अज असीं उन्हां दी याद दे विच बैठे हाँ सारे सज्जणां ने विचार दिते ने ते कुछ ने भी विचार बड़ी अच्छी गल की है कि बई सच्ची गल ही की है कि गल आई स्टेज पर की गल की तो चले गए ऐसी गल भी नहीं है। मैं समझना कि दुनिया के जिथे भी अब सिख बैठा हुआ है जिथे कितने भी अज इस दर्दनाक हादसे का सबू दुख है ये नहीं कि असी अफगानिस्तान बिलोंग करते हैं तो होर सिखा दुख नहीं इंडिया कि इन्होंने अपने दिल्ली प्रबंधक कमेटी ने भी कि अपना प्रतिक्रम दिखाया उत्थे डिमांडा रखिया ने वो भी कुछ करने तैयार ने लेकिन इतने जो असी कर सकते हैं टोनी जी ने यूनाइटेड सिख वालों इन्होंने एक दो पॉइंट बड़े अच्छे किए ने हरदयाल जी ने मेरी गल हुई सी वो भी कहते कि असी डिपार्टमेंट ऑफ इन्होंने को जाके गल करके असी कोशिश करांगे अगर कुछ बंदे माइग्रेन हो सकन और जिहड़ी असल प्रॉब्लम यह है कि साढ़े कुछ सिख भरा बहुत घट इंडिया आ गए वापस अफगानिस्तान चले गए उत्थे सैटल होने लई क्योंकि उन्होंने इंडिया कोई सहारा नहीं मिलिया कोई किसी ने उन्होंने उत्थे भी कोई सपोर्ट नहीं की तो उन्होंने समझा कि बेहतर असी उत्थे जाइए लेकिन ये पिछले जो कि 38 ईयर तो चल रहा है ये हादसा उत्थे प्रोग्राम हो रहे हैं लेकिन इस टाइम जो संख्या अपना प्रोफेसर जी ने भी दसी सी इस टाइम सात संगत जी उत्थे 1200 तो वध साडी काउंटिंग नहीं हैगी जो बाकी रहिंदी थोड़ी उपर थले हो सकती है। सो उहदे जो असी कर सकते हैं तनेजा जी पिछे बैठे हुए ने सिख सिंध अमेरिका के को चेयर चेयर ने और असी भी सोचा इन्हां दे जिहड़े कनैक्शन हैगे ने डॉक्टर अमरजीत सिंह जी बैठे ने इन्हां दे भी कनैक्शन है ने जिहड़ी जिहड़ी संस्था दे हैगे ने असी इत्थे कोशिश करांगे कि असी अगर उन्हां नूं माइग्रेट कर सकीए अमेरिका
ਜਿਹੜੀ ਸਾਡੀ ਸੰਗਤ ਬੈਠੀ ਹੈ ਲੰਡਨ 'ਚ, ਮੇਰੀ ਅੱਜ ਵੀ ਉਹਨਾਂ ਨਾਲ ਗੱਲ ਹੋਈ ਹੈ। ਉਹ ਪ੍ਰਾਈਮ ਮਿਨਿਸਟਰ ਨੂੰ ਅੱਜ ਕੱਲ੍ਹ ਦੇ ਵਿੱਚ ਮਿਲਣ ਵਾਲੇ ਨੇ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੂੰ ਕਿ ਵੀ ਜਿਹੜੇ ਸਾਡੇ ਉੱਥੇ 1,200 ਬੰਦੇ ਬੈਠੇ ਨੇ ਉਹਨਾਂ ਨੂੰ ਰਿਫਿਊਜੀ ਸਟੇਟਸ ਇੱਥੇ ਦਿੱਤਾ ਜਾਵੇ ਇੰਗਲੈਂਡ ਦੇ ਵਿੱਚ। ਮੈਂ ਸਮਝਦਾ ਕਿ ਕੈਨੇਡਾ ਜਿਹੜਾ ਹੈਗਾ ਇਸ ਟਾਈਮ ਸਭ ਤੋਂ ਬੈਸਟ ਜਗ੍ਹਾ ਹੈ, ਜਿੱਥੇ ਕੈਨੇਡਾ 25,000 ਸੀਰੀਆ ਦੇ ਲੋਕਾਂ ਨੂੰ ਅਗਰ ਅਸੈਪਟ ਕਰ ਸਕਦਾ ਤਾਂ ਅਫਗਾਨਿਸਤਾਨ ਦੇ 1,200 ਸਿੱਖਾਂ ਕਿਉਂ ਨਹੀਂ ਕਰੇਗਾ। ਸੋ ਉੱਥੇ ਜਿਹਦੇ ਕਨੈਕਸ਼ਨ ਹੈਗੇ ਨੇ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ। ਸੋ ਇੰਗਲੈਂਡ ਵਾਲੇ ਕੋਸ਼ਿਸ਼ ਕਰ ਰਹੇ ਨੇ, ਅਸੀਂ ਇੱਥੋਂ ਕੋਸ਼ਿਸ਼ ਕਰਾਂਗੇ। ਅਸ ਹੁਣ ਸੁੱਤੇ ਬੈਠਣ ਦੀ ਗੱਲ ਨਹੀਂ ਰਹਿ ਗਈ ਜੇ, ਕਿਉਂਕਿ ਅਸੀਂ ਸਮਝਦੇ ਹਾਂ ਸਾਡੀ ਜਿਹੜੀ ਸਿੱਖ ਲੀਡਰਸ਼ਿਪ ਉੱਥੇ ਸੀਗੀ ਉਹ ਮੇਨ ਖਤਮ ਹੋ ਚੁੱਕੀ ਹੈ। ਠੀਕ ਹੈ, ਨਵੇਂ ਬੱਚੇ ਆਉਣਗੇ, ਉਹਨਾਂ ਨੂੰ ਟਾਈਮ ਲੱਗੇਗਾ ਉੱਥੇ ਪਹੁੰਚਣ ਲਈ, ਇਸ ਤੋਂ ਟਾਈਮ ਲੱਗੇਗਾ। ਸੋ ਤਾਂ ਉਹ ਆਪਣੀ ਗੱਲ ਨੂੰ ਅੱਗੇ ਕਰਕੇ ਅੱਗੇ ਲਿਜਾ ਸਕਣਗੇ। ਸੋ ਇੱਥੇ ਅਸੀਂ ਜਿੰਨੇ ਵੀ ਬੈਠੇ ਹਾਂ ਅਸੀਂ ਆਪਣੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਔਰ ਆਪਣਾ ਹੋ ਸਕਿਆ ਇੱਕ ਵਫਦ ਭੇਜਾਂਗੇ। ਗੁਲਾਟੀ ਸਾਹਿਬ ਨਾਲ ਗੱਲ ਹੋ ਰਹੀ ਸੀ, ਇਹਨਾਂ ਨੇ ਕਿਹਾ ਕਿ ਅਗਰ ਕੋਈ ਵਫਦ ਜਾਂਦਾ ਹੋਏਗਾ ਤਾਂ ਮੈਂ ਸਭ ਤੋਂ ਪਹਿਲਾਂ ਬੰਦਾ ਜਾਣ ਵਾਲਾ ਹੋਵਾਂਗਾ। ਸੋ ਇਹ ਨਹੀਂ ਹਰ ਬੰਦਾ ਜਾਣ ਨੂੰ ਤਿਆਰ ਹੈ, ਕੁਛ ਕਰਨ ਨੂੰ ਤਿਆਰ ਹੈ। ਹੁਣ ਇੱਕ ਹੋਰ ਕੁਐਸਚਨ ਸਾਨੂੰ ਉੱਥੇ ਜਾ ਕੇ ਦੇਖਣਾ ਪਏਗਾ ਕਿ ਕੀ ਉਹ ਲੋਕ ਆਉਣਾ ਵੀ ਚਾਹੁੰਦੇ ਨੇ ਕਿ ਨਹੀਂ। ਇਹ ਪ੍ਰੈਕਟੀਕਲੀ ਜ਼ਿੰਦਗੀ ਦੀ ਤੁਹਾਨੂੰ ਗੱਲ ਦੱਸ ਰਿਹਾ ਮੈਂ। ਕੋਈ ਕੁਛ ਲੋਕਾਂ ਦੇ ਬਿਜ਼ਨਸ ਇੰਨੇ ਅੱਛੇ ਨੇ, ਉਹ ਸਮਝਦੇ ਨੇ ਸ਼ਾਇਦ ਅਸੀਂ ਇੱਥੇ ਹੀ ਰਹਿਣਾ। ਸੋ ਲੈਟ ਦੈਮ ਲੀਵ ਦੇਅਰ, ਕਿਉਂਕਿ ਸਾਡੇ ਗੁਰੂ ਘਰ ਵੀ ਹੈ ਨੇ, ਉਹਨਾਂ ਦੀ ਸੰਭਾਲ ਵੀ ਹੈ, ਮੇਰਾ ਖਿਆਲ ਇੱਕ ਰਲ ਮਿਲ ਕੇ ਚੱਲੇਗਾ। ਹਾਂ, ਉਹ ਲੋਕ ਜਿਸ ਤਰ੍ਹਾਂ ਹੁਣ ਇਹਨਾਂ ਨੇ ਦੱਸਿਆ ਕਿ ਸਰਦਾਰ ਆਪਣਾ ਰਵੇਲ ਸਿੰਘ ਜੀ ਬੜੇ ਅੱਛੇ ਬਿਜ਼ਨਸਮੈਨ ਸਨ, ਉਤਾਰ ਸਿੰਘ ਜੀ ਜਿਨ੍ਹਾਂ ਦਾ ਬੜਾ ਵੱਡਾ ਪਰਿਵਾਰ ਸੀ, ਉਹਨਾਂ ਦੇ ਪਰਿਵਾਰ ਦੇ 7 ਬੰਦੇ ਪਹਿਲਾਂ ਸ਼ਹੀਦ ਹੋ ਚੁੱਕੇ ਨੇ ਇਹਨਾਂ ਹੀ ਇੱਦਾਂ ਦੀਆਂ ਘਟਨਾਵਾਂ 'ਚ, ਲੇਕਿਨ ਉਹ ਫਿਰ ਵੀ ਉੱਥੇ ਟਿਕੇ ਰਹੇ। ਔਰ ਉਹਨਾਂ ਦਾ ਇਹ ਸੀਗਾ ਕਿ ਪਾਰਲੀਮੈਂਟ ਜਾ ਕੇ, ਨਾ ਮੈਂ ਸਿੱਖ, ਮੈਂ ਉਹਨਾਂ ਦੀ ਪੜ੍ਹਿਆ ਫਿਰ ਹੁਣ ਜਾ ਕੇ ਇੰਟਰਨੈਟ 'ਤੇ ਜਾ ਕੇ, ਸਿਰਫ ਸਿੱਖਾਂ ਲਈ ਨਹੀਂ, ਉਹ ਕਹਿੰਦੇ ਮੈਂ ਗਰੀਬ ਮੁਸਲਮਾਨ ਦੀ ਵੀ ਹੈਲਪ ਕਰਾਂਗਾ ਜਿਹਨਾਂ ਦੀ ਕੋਈ ਹੈਲਪ ਨਹੀਂ ਕਰਦਾ। ਇਤਨੇ ਅੱਛੇ ਵਿਚਾਰ ਸਨ ਉਹਨਾਂ ਦੇ। ਸੋ ਗੁਰੂ ਦਾ ਹੁਕਮ ਕਿ ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਵਾਰੀ, ਇਹਨਾਂ ਭਰਾਵਾਂ ਦੇ ਇਕੱਠੇ ਜਾਣਾ ਸੀਗਾ, ਇਹਨਾਂ ਨੇ ਚਲੇ ਗਏ ਨੇ। ਪਰ ਅਸੀਂ ਇਹ ਦੇਖਾਂਗੇ ਕਿ ਜਿਹੜੇ ਉੱਥੋਂ ਆਉਣਾ ਚਾਹੁੰਦੇ ਨੇ, ਮੈਂ ਗੁਲਾਟੀ ਸਾਹਿਬ ਮੈਂ ਸੰਗਤ ਸਾਹਮਣੇ ਪ੍ਰੋਮਿਸ ਕਰ ਰਿਹਾ, ਆਪਣੇ ਤਨੇਜਾ 'ਚ ਬੈਠੇ ਹੋਏ ਨੇ, ਅਸੀਂ ਆਪਣਾ ਪੂਰਾ ਟਾਈਮ ਇਸ ਪਾਸੇ ਦੇਵਾਂਗੇ। ਹੁਣ ਸਿਰਫ ਗੱਲਾਂ ਨਹੀਂ ਕਰਾਂਗੇ, ਹਾਂ ਟਾਈਮ। ਔਰ ਗੁਰੂ ਨਾਨਕ ਦਰਬਾਰ ਦੀ ਕਮੇਟੀ ਇਹਨਾਂ ਨੇ ਵੀ ਅੰਦਰ ਬੈਠੇ ਸਨ, ਕਹਿੰਦੇ ਵੀ ਅਸੀਂ ਵੱਧ ਤੋਂ ਵੱਧ ਜੋ ਅਸੀਂ ਹੋ ਸਕੇਗਾ ਅਸੀਂ ਕਰਾਂਗੇ ਰਲ ਮਿਲ ਕੇ ਸਾਰੇ। ਸੋ ਅਸੀਂ ਤੁਹਾਡੇ ਸਾਰੇ ਟ੍ਰਾਈ ਸਟੇਟ ਦੀ ਆਪਣੇ ਸਿੱਖ ਗੁਰਦੁਆਰਿਆਂ ਨਾਲ ਸਾਥ ਲੈ ਕੇ, ਸਾਰਿਆਂ ਦੀ ਹੈਲਪ ਲੈ ਕੇ ਅਸੀਂ ਕਮੇਟੀ ਬਣਾ ਕੇ ਜੋ ਵੀ ਹੋਏਗਾ ਅਸੀਂ ਤੁਹਾਨੂੰ ਇਤਲਾਹ ਦਿੱਤੀ ਜਾਏਗੀ ਅਤੇ ਉਹਦੇ ਮੁਤਾਬਕ ਅਸੀਂ ਇਹ ਕੰਮ ਕੀਤਾ ਜਾਏਗਾ। ਹਾਂ, ਇੱਕ ਚੀਜ਼ ਪ੍ਰਧਾਨ ਸਾਹਿਬ ਨਾਲ ਮੇਰੀ ਗੱਲ ਹੋ ਰਹੀ ਸੀ, ਉਹ ਕਨਫਰਮ ਕਰਨਗੇ ਕਿ ਇਸ ਤਰ੍ਹਾਂ ਦੇ ਮੌਕਿਆਂ 'ਤੇ ਕੁਝ ਸੰਸਥਾਵਾਂ ਫੰਡ ਇਕੱਠੇ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਅਸੀਂ ਇੱਥੋਂ ਸਟੇਜ ਤੋਂ ਅੱਜ ਐਲਾਨ ਕਰ ਰਹੇ ਹਾਂ, ਜਸ ਪੰਜਾਬੀ TV 'ਤੇ ਆਪਣਾ TV 84 'ਤੇ, ਕੋਈ ਵੀ ਸੰਸਥਾ ਅਗਰ ਕੋਈ ਫੰਡ ਮੰਗੇ ਇਸ ਬਾਰੇ, ਉਸ ਤੋਂ ਕੋਈ ਵੀ ਫੰਡ ਨਾ ਦਿੱਤਾ ਜਾਵੇ। ਇਹ ਰਿਕੁਐਸਟ ਹੈ ਸਾਡੀ, ਕਿਉਂਕਿ ਇਸ ਤਰ੍ਹਾਂ ਦੇ ਮੌਕੇ 'ਤੇ ਕੁਛ ਬੰਦੇ ਨਜਾਇਜ਼ ਫਾਇਦਾ ਉਠਾ ਕੇ, ਕਿਉਂਕਿ ਸੰਗਤਾਂ ਦੇ ਦਿਲ ਦੁਖੀ ਨੇ। ਮੈਂ ਹੁਣ ਰਿਕੁਐਸਟ ਕਰਾਂ ਕਿ ਹਰ ਬੰਦਾ 100-100 ਵੀ ਦੇਵੇ ਤਾਂ ਅਸੀਂ $5,000 ਇਕੱਠਾ ਕਰ ਲਵਾਂਗੇ। ਨੋ, ਸਾਨੂੰ ਜਿਸ ਟਾਈਮ ਜ਼ਰੂਰਤ ਹੋਏਗੀ ਅਸੀਂ ਸੰਗਤਾਂ ਅੱਗੇ ਇੱਕ ਰੀਜ਼ਨ ਰੱਖਾਂਗੇ। ਹਾਂ ਬਈ, ਹਾਂ ਉੱਥੇ ਗਰੀਬ ਪਰਿਵਾਰ ਜਿਹੜੇ ਪਾਸਪੋਰਟ ਨਹੀਂ ਲੈ ਸਕਦੇ, ਹੁਣੇ ਕਿਸੇ ਭਰਾ ਨੇ ਕਿਹਾ ਬਈ ਉਹਨਾਂ ਕੋਲ ਪਾਸਪੋਰਟ ਦੇ ਪੈਸੇ ਹੈ ਨਹੀਂ, ਉਹ ਹੈ ਨਹੀਂ, ਆਪਣੇ ਇੰਡੀਆ ਆਉਣ ਦੇ ਪੈਸੇ ਹੈ ਨਹੀਂ, ਮੈਨੂੰ ਲੱਗਦਾ ਮੈਂ ਟਾਈਮ ਜ਼ਿਆਦਾ ਲੈ ਗਿਆ। ਸੋ ਉਹਨਾਂ ਦੇ ਵਾਸਤੇ ਅਸੀਂ ਹੈਲਪ ਕਰਾਂਗੇ, ਗੁਰੂ ਨਾਨਕ ਦਰਬਾਰ ਦੀ ਕਮੇਟੀ ਦੇ ਸਾਰੇ ਮੈਂਬਰ ਇਕੱਠੇ ਹੋ ਕੇ, ਸਾਰੇ ਸਿੱਖ ਗੁਰਦੁਆਰਿਆਂ ਦੀ ਹੈਲਪ ਲੈ ਕੇ, ਸਾਰੇ ਵੀਰਾਂ ਦੀ, ਅਸੀਂ ਇਹ ਕਰਕੇ ਇਹ ਪ੍ਰੋਗਰਾਮ ਕਰਕੇ ਬੜੀ ਛੇਤੀ ਦੱਸਾਂਗੇ। ਤੋ ਜਿੱਦਾਂ ਹੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਉਸ ਮੁਤਾਬਕ ਅਸੀਂ ਕੰਮ ਕਰਾਂਗੇ। ਸੋ ਦਾਸ ਇਹਨਾਂ ਲਫ਼ਜ਼ਾਂ ਦੇ ਨਾਲ ਹੀ ਧੰਨਵਾਦੀ ਹੈ। ਮੈਨੂੰ ਲੱਗਦਾ ਮੈਂ 2 ਮਿੰਟ ਤੋਂ ਜ਼ਿਆਦਾ ਟਾਈਮ ਲੈ ਗਿਆ, ਟਾਈਮ ਬੜਾ ਚਾਹੀਦਾ, ਪਰ ਸੰਗਤ ਬੜੇ ਚਿਰ ਦੀ ਬੈਠੀ ਹੋਈ ਹੈ। ਸੋ ਦਾਸ ਖਿਮਾ ਦਾ ਜਾ ਚੁੱਕਿਆ ਜੀ, ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਜਿਨ੍ਹਾਂ ਨੇ ਕੌਮ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ, ਆਪਣੀਆਂ ਜਾਨਾਂ ਗੁਆਈਆਂ ਨੇ, ਕਿਉਂਕਿ ਸ਼ਹਾਦਤ ਤਾਂ ਕਹਿ ਰਿਹਾ ਸੀ ਉਹ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਉੱਥੇ ਰੁਕੇ ਸਨ ਇਹ ਪਰਿਵਾਰ, ਉਹ ਸ਼ਹੀਦ ਹੋਏ ਨੇ ਸਿੱਖ ਕੌਮ ਲਈ। ਸੋ ਉਹਨਾਂ ਨੂੰ ਲੱਖ ਲੱਖ ਪ੍ਰਣਾਮ ਹੈ, ਗੁਰੂ ਸਾਹਿਬ ਕਿਰਪਾ ਕਰੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਇਹਦਾ ਨਿਚੋੜ ਸੰਗਤ ਨੇ ਖੁਦ ਆਪ ਕੱਟਿਆ, ਤੁਸੀਂ ਵੇਖਿਆ ਸੰਗਤ ਨੇ ਆਪਣੇ ਆਪ ਕਿਹਾ, ਉੱਥੇ ਮੌਜੂਦ ਸਿੱਖ ਬੁੱਧੀਜੀਵੀਆਂ ਨੇ ਕਿਹਾ, ਉੱਥੇ ਮੌਜੂਦ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਹ ਇਹਨਾਂ ਦੀ ਸ਼ਹਾਦਤ ਹੈ, ਔਰ ਸ਼ਹਾਦਤ ਹੀ ਨਹੀਂ ਬਲਕਿ ਇਹ ਲਸਾਨੀ ਸ਼ਹਾਦਤ ਹੈ ਜੋ ਇਹਨਾਂ ਨੇ ਸਿੱਖ ਕੌਮ ਦੇ ਲਈ ਕੀਤੀ।
ਅੱਜ ਸਾਰੇ ਪ੍ਰਬੰਧਕ ਇੱਥੇ ਮੌਜੂਦ ਨੇ, ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਸਾਰੇ ਬੁੱਧੀਜੀਵੀ ਸਾਨੂੰ ਇੱਕ ਹੀ ਪ੍ਰਤੀਕਿਰਿਆ ਦੇ ਰਹੇ ਨੇ ਕਿ ਇਹ ਲਸਾਨੀ ਸ਼ਹਾਦਤ ਪੂਰੇ ਸਮੁੱਚੇ ਜਗਤ ਦੇ ਵਿੱਚ ਮਨਾਈ ਜਾਏਗੀ, ਔਰ ਜਿਸ ਤਰੀਕੇ ਨਾਲ ਗੁਰਦੁਆਰਾ ਨਾਨਕਸਰ ਹਿਕਸਵਿਲ ਦੇ ਵਿਖੇ ਮਨਾਈ ਗਈ ਹੈ, ਅਪੀਲ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਕਿ ਇਹ ਪੂਰੇ ਭਾਰਤ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਜਿੱਥੇ ਜਿੱਥੇ ਸਿੱਖ ਵੱਸਦਾ ਉੱਥੇ ਮਨਾਈ ਜਾਏ, ਔਰ ਇੱਕਜੁੱਟ ਹੋਣ ਦੀ ਲੋੜ ਹੈ ਤਾਂ ਕਿ ਜਿਹੜਾ ਪਰਿਵਾਰ ਔਰ ਜਿਹੜੇ ਲੋਕ, ਜਿਹੜਾ ਸਿੱਖ ਭਾਈਚਾਰਾ, ਹਿੰਦੂ ਭਾਈਚਾਰਾ ਘੱਟ ਗਿਣਤੀ ਜੋ ਕਿ ਇਸ ਟਾਈਮ ਅਫਗਾਨਿਸਤਾਨ ਦੇ ਵਿੱਚ ਮੌਜੂਦ ਹੈ, ਉਹਨਾਂ ਨੂੰ ਪੂਰਾ ਯੋਗਦਾਨ ਮਿਲ ਸਕੇ, ਸਹਿਯੋਗ ਮਿਲ ਸਕੇ। ਇਸੇ ਨੂੰ ਲੈ ਕੇ ਅੱਜ ਪੂਰੀ ਪ੍ਰਬੰਧਕਾਂ ਨੇ ਵੀ ਇਹੀ ਅਪੀਲ ਕੀਤੀ, ਇੱਥੇ ਆਏ ਕੌਂਸਲਰ ਜਨਰਲ ਨੇ ਵੀ ਇਹੀ ਅਪੀਲ ਕੀਤੀ, ਕਿਹਾ ਕਿ ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ, ਉਹਨਾਂ ਦੀ ਸ਼ਹਾਦਤ ਨੂੰ ਅਸੀਂ ਜ਼ਿੰਦਗੀ ਭਰ ਯਾਦ ਰੱਖਾਂਗੇ। ਮੈਂ ਸੀਗਾ ਹਰਕੀਰਤ ਸਿੰਘ ਆਹਲੂਵਾਲੀਆ, ਜਸ ਪੰਜਾਬੀ ਲਈ ਬਹੁਤ ਬਹੁਤ ਧੰਨਵਾਦ।